ਆਫਰਿਆਦ ਉਹ ਸੁੱਖਣ ਵਾਲੇ ਆ ਸਵਾਦ। ਦੋਸਤੋ ਇਹ ਕੁਛ ਕਲਿੱਪ ਸੀਗੀਆਂ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਹ ਮੈਚ ਜਿਹੜਾ ਹੈ ਉਹ ਕਿਹੋ ਜਿਹਾ ਹੋਊਗਾ। ਇਹ ਮੈਚ ਹਰੀਗੜ੍ਹ ਕਿੰਗਨ ਅਤੇ ਸਰੀ ਸੁਪਰਸਟਾਰ ਦੀ ਟੀਮ ਦੇ ਵਿਚਕਾਰ ਹੈ। ਸਰੀ ਸੁਪਰਸਟਾਰ ਦੀ ਟੀਮ ਰੋਇਲ ਕਿੰਗ USA ਦੀ ਟੀਮ ਕਹੀ ਜਾ ਸਕਦੀ ਹੈ। ਇਹ ਸੁੱਖਣ ਵਾਲਾ ਦਾ ਟੂਰਨਾਮੈਂਟ ਹੈ ਜਿਹੜਾ ਕਿ 4 ਅਕਤੂਬਰ 2019 ਨੂੰ ਕਰਵਾਇਆ ਗਿਆ ਸੀ, ਆਲ ਓਪਨ ਟੂਰਨਾਮੈਂਟ। ਤੁਸੀਂ ਇਸ ਮੈਚ ਨੂੰ ਇੰਜੋਏ ਕਰੋ। ਜੇਕਰ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਵੀ ਕਰ ਸਕਦੇ ਹੋ ਔਰ ਥੱਲੇ ਆ ਰਹੇ ਥੰਬਸ ਅਪ ਦੇ ਬਟਨ 'ਤੇ ਵੀ ਕਲਿੱਕ ਕਰ ਸਕਦੇ ਹੋ। ਵੀਡੀਓ ਦੇ ਐਂਡ 'ਤੇ ਜਿਹੜੇ ਤੁਹਾਡੇ ਕੀਤੇ ਹੋਏ ਕਮੈਂਟ ਹੈ ਉਹਨਾਂ 'ਤੇ ਗੱਲਬਾਤ ਕਰਾਂਗੇ। ਇੰਜੋਏ ਕਰੋ ਇਸ ਮੈਚ ਨੂੰ। ਸੈਫਲਾਬਾਦ ਪਿੰਡ ਹੈ ਜਿਹਨਾਂ ਦਾ, ਔਰ ਦੂਸਰੇ ਪਾਸੇ ਟੀਮ ਕਹਿੰਦੇ ਸਰੀ ਸੁਪਰਸਟਾਰ ਹੈ। ਮੈਂ ਵੀ ਬੂਟਿਆ ਪ੍ਰਵੀਨ ਕਬੱਡੀ ਭਾ ਰਿਹਾ, ਹੁਣ ਕਰੀ ਗੱਲ ਮੁੰਡੇ ਦੀ। ਲਓ ਪਹਿਲੀ ਰੇਡ ਕਹਿੰਦੇ ਪ੍ਰਵੀਨ ਗੋਪਰ ਵਾਲਾ, ਅਗਲੇ ਬੰਨੇ ਕਹਿੰਦੇ ਤਲਵੰਡੀ ਚੌਧਰੀਆਂ ਪਿੰਡ ਹੈ ਮੇਰੇ ਮਿੱਤਰੋ, ਇਹਨੂੰ ਅਮਨ ਸੁਨਿਆਰਾ ਕਹਿੰਦੇ ਆ। ਅਗਲੀ ਰੇਡ ਕਹਿੰਦੇ ਸੁੱਖਾ ਮਾਲਾ ਵਾਲਾ, ਗੋਪੋ ਸਾਹਿਬ ਕਰੋ ਗੱਲ ਪੈਂਦੀ ਹੋਰ ਰੇਡ। ਆਹ ਮੁੰਡਾ ਕਹਿੰਦੇ ਮਾਲਾ ਵਾਲਾ ਸੁੱਖਾ, ਐਨ ਪਿਛਲੇ ਸਾਲ ਚਰਚਾ ਦੇ ਵਿੱਚ ਆਇਆ, ਰੁੜਕੇ ਦਾ ਕੱਪ ਖੇਡਿਆ ਗਿਆ, 81,000 ਲੱਗਿਆ ਵੀ ਆ ਰੇਡਾਂ ਤੇ, ਪਰ ਜੱਫਾ ਨਹੀਂ ਲੱਗਿਆ ਮੇਰੇ ਵੀਰੋ। ਇਹ ਆ ਮਾਲਾ ਵਾਲਾ ਸੁੱਖਾ, ਇਸ ਵੇਲੇ ਬਿੰਦਰ ਰਾਜਨ ਹੋਣਾ ਦਾ ਪੇਂਡੂ, ਚੇਤਨ ਮਾਲਾ ਵਾਲੇ ਦਾ ਪੇਂਡੂ, ਪਰ ਕਾਲਾ ਵੀ ਖਰਿਆਂ ਨੂੰ ਡੱਕਦਾ, ਕਾਲਾ ਵੀ ਮੇਰੇ ਵੀਰੋ ਖਰਿਆਂ ਖਰਿਆਂ ਨੂੰ ਡੱਕਦਾ। ਹਰੀਗੜ੍ਹ ਕਿੰਗਨ ਵਾਲੋ ਤਾੜੀ ਮਾਰ ਕੇ ਦੱਸੋ ਵਰਸ਼ ਵੀਰੋ। ਹਰ ਕਬੱਡੀ ਦਾ ਕਹਿੰਦੇ ਹਿਮਾਲਿਆ ਪਰਬਤ, ਤਾੜੀ ਦੇ ਨਾਲ ਸੁਨਿਆਰਾ ਦੇ ਨਾਲ ਕਹਿੰਦੇ ਚੁੰਮ ਕਬੱਡੀ ਦਾ ਫਰਿਆਦ ਸ਼ਕਰਪੁਰੀਆ, ਜਿਹਨੇ 2 ਤਰੀਕ ਨੂੰ ਭੇਟਾਂ ਵਿੱਚੋਂ ਲੰਡੀ ਜੀਪ ਜਿੱਤੀ ਜਿਹਨੇ ਜੱਫੇ ਦਿੰਦੇ ਲੋਕਾਂ ਨੂੰ ਸਵਾਦ। ਉਹ ਫਰਿਆਦ ਦਾ ਜੱਫਾ ਵਧੀਆ ਲੱਗਿਆ, ਦੇਖ ਲਲਕਾਰੋ ਸੁੱਖਣ ਵਾਲਿਆਂ ਦੇ, ਉਹ ਲੈ ਲਓ ਨਜ਼ਾਰਾ। ਆਹ ਅਗਲੀ ਰੇਡ ਪਾਉਣ ਦੇ ਲਈ ਫਿਰ ਖਾਈ ਵਾਲਾ ਦੀਪਾ, ਨਵੀਂ ਬੂਟੇ ਬਾਈ ਕਹਿੰਦੇ ਖਾਈ ਵਾਲਾ ਦੀਪਾ ਲੱਤੀ ਨਾਲ ਜਾਂਦਾ। ਆਹ ਪੜ ਗਿਆ ਲੱਤੀ ਮੇਰੇ ਮਿੱਤਰੋ, ਬੰਜ ਬਰਾਬਰ ਦਾ ਐਨ ਕਹਿੰਦੇ ਚੋਟੀ ਦਾ ਚਮਕੌਰ ਪੀੜ ਲਵਾਲਾ ਜੇ ਪੀੜ ਲਾਣੇ ਦਾ ਜੱਫਾ ਵਧੀਆ ਲੱਗਿਆ, ਤੇ ਸੁੱਖਣ ਵਾਲਿਆਂ ਤਾੜੀਆਂ ਜੋੜਦਾ ਦੁਨੀਆ ਆਨੰਦ ਲੈ ਰਹੀ ਹੈ। ਲਓ ਸਾਹਮਣੇ ਅਗਲੀ ਰੇਡ ਹੈ, ਖੇਡ ਮੈਦਾਨ ਦੇ ਵਿੱਚ ਸੁਨੀਲ ਵਧਿਆ ਹੋਇਆ, ਲੈ ਵੀ ਭਾਈ ਸੁਨੀਲ ਹੈ ਮੇਰੇ ਵੀਰੋ, ਧਮਧਾਮ ਸਾਹਿਬ ਵਾਲਾ ਇਹ ਸੁਨੀਲ ਹੈ ਖੇਡ ਮੈਦਾਨ ਦੇ ਵਿੱਚ ਕੁਰਬੀ ਭਾ ਰਿਹਾ। ਚਾਰ ਜਾਫੀਆਂ ਵਿੱਚੋਂ ਇੱਕ ਕੰਨੀ ਤੇ ਕਹਿੰਦੇ ਆਹ ਸੁਨਿਆਰਾ ਤਲਵੰਡੀ ਚੌਧਰੀਆਂ ਵਾਲਾ ਕੋਸ਼ਿਸ਼ ਕਰ ਰਿਹਾ ਜੱਫਾ ਲਾਉਣ ਦੀ, ਆਹ ਮੁਕਾਬਲਾ ਸਖਤ ਹੈ, ਪਰ ਸੁਨੀਲ ਧਮਧਾਮ ਸਾਹਿਬ ਵਾਲਾ ਤਗੜਾ ਨੰਬਰ ਜੋੜਦਾ ਹੈ, ਬਾਲੀ ਜਾਣ ਹੈ ਮੁੰਡੇ ਚ ਕਰੀ ਗੱਲ ਕਰੋ। ਉਧਰਲੇ ਬੰਨੇ ਜਸ USA ਤੇ ਜਸਵੰਤ ਸ਼ੇਖ ਜੀ ਸਾਡੇ ਕਹਿੰਦੇ ਆ ਜਿੰਨੇ ਜੱਫੇ ਕਾਲਾ ਹਰੀਗੜ੍ਹ ਕਿੰਗਨ ਵਾਲਾ ਲਾਵੇਗਾ, ਔਰ 1100 ਦੇ ਜੱਫੇ 2 ਜੱਫੇ ਫਰਦੀਪੁਰੀਏ, ਗੋਪੀ ਦੇ ਵੀ 1100 ਦੇ ਕਾਲਾ ਹਰੀਗੜ੍ਹ ਕਿੰਗਨ ਵਾਲਾ ਮੇਰੇ ਮਿੱਤਰੋ। ਇਹ ਝੰਡਿਆਂ ਦੇ ਖੇਡ ਮੇਲੇ ਦਾ ਬੈਸਟ ਬਣ ਕੇ ਮੁੰਡਾ ਕਹਿੰਦੇ ਖੋਜੇ ਵਾਲੀ ਆ ਕਬੱਡੀ ਪਾ ਰਿਹਾ, ਖੋਜੇ ਵਾਲ ਦੀ ਧਰਤੀ ਦਾ ਬੰਨੇ ਦਿਓਲ ਹੋਣਾ ਦਾ ਪਿੰਡ ਹੈ ਖੋਜੇ ਵਾਲ, ਜੱਗੇ ਹੋਣਾ ਦਾ ਪਿੰਡ ਹੈ ਖੋਜੇ ਵਾਲ, ਹਰਜੀਤ ਬਰਾੜ ਦੇ ਕਹਿੰਦੇ ਸਹੁਰੇ ਦਾ ਪਿੰਡ ਹੈ ਖੋਜੇ ਵਾਲ ਮੇਰੇ ਵੀਰੋ। ਆਓ ਫਰੰਦੀਪੁਰੀਆ
ਕਹਿੰਦੇ ਗੋਪੀ ਕੋਸ਼ਿਸ਼ ਕਰ ਰਿਹਾ ਹੈ ਔਰ ਹੌਲੀ ਹੌਲੀ ਕਹਿੰਦੇ ਜਦੋਂ ਸੈਮੀ ਪਹਿਲਾਂ ਤੇ ਫਿਰ ਕਹਿੰਦੇ ਦੂਜਾ ਸੈਮੀ ਫਿਰ ਫਾਈਨਲ ਔਰ ਵਿਚਕਾਰ ਜੇ ਹੋਰ ਮੈਚ ਜਿਹੜੇ ਕਬੱਡੀ 65-75 ਦੇ ਰਹਿੰਦੇ ਵੀ ਕਰਾਏ ਜਾਣਗੇ। ਲਓ ਚੋਲਾ ਸਾਹਿਬ ਦਾ ਮੇਰੇ ਮਿੱਤਰੋ ਇਹ ਹੈ ਚੋਬਨ ਜਿਹਨੇ ਕਹਿੰਦੇ ਜਿਵੇਂ 23 ਦਸੰਬਰ ਨੂੰ ਕੈਰੋਂ ਦਾ ਕਬੱਡੀ ਕੱਪ ਹੈ ਵੱਡੇ ਪ੍ਰਾਈਜ਼ ਹੋਣਗੇ ਔਰ 13 ਤਰੀਕ ਨੂੰ ਨੱਥੂ ਚੱਕਦਾ ਤੇ 29 ਨੂੰ ਕਹਿੰਦੇ ਗੱਲਾਂ ਮੇਰੇ ਮਿੱਤਰੋ ਧਾਲੀਵਾਲ ਪਿੰਡ ਦੇ ਵਿੱਚ ਹੋਣਗੀਆਂ। ਮੇਰੇ ਵੀਰੋ ਇਹ ਹੈ ਸ਼੍ਰੇਣੀ ਨੌਜਵਾਨ ਕੋਸ਼ਿਸ਼ ਕਰ ਰਿਹਾ ਪਰ ਪ੍ਰਵੀਨ ਗੋਪਰ ਦੀ ਧਰਤੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ। ਵੱਡਾ ਇਕੱਠ ਹੈ ਸੁੱਖਣ ਵਾਲੇ ਦੇ ਵਿੱਚ ਐਵ ਮੇਲਾ ਭਰਿਆ ਹੋਇਆ ਹੈ ਦੁਨੀਆਂ ਦੇ ਵੱਡੇ ਮੱਲ ਆਏ ਹੋਏ ਹੈ ਆਹ ਸੁਨਿਆਰਾ ਤੇ ਪ੍ਰਵੀਨ ਦੋਨਾਂ ਦੇ ਦਰਮਿਆਨ ਪਈ ਹੋਈ ਟੱਕਰ ਪਰ ਪ੍ਰਵੀਨ ਗੋਪਰ ਵਾਲਾ ਤਕੜਾ ਨੰਬਰ ਹੜੀ ਕਿੰਗਣ ਦੀ ਟੀਮ ਦੇ ਲਈ ਨੰਬਰ ਜੋੜਦਾ ਹੋਇਆ ਅਗਲੀ ਰੇਡ ਮਾਲਾ ਵਾਲੇ ਸੁੱਖੇ ਦੀ ਲਓ ਕਹਿੰਦੇ ਮਾਲਾ ਵਾਲਾ ਸੁੱਖਾ ਅਗਲੀ ਕਬੱਡੀ ਪਾਵੇਗਾ। ਪਹਿਲੇ ਮੈਚ ਵਿੱਚ ਵੀ ਕਹਿੰਦੇ ਬਹੁਤ ਤਕੜਾ ਮੈਚ ਖੇਡਿਆ ਗਿਆ ਸੀਗਾ ਜਦੋਂ ਚੱਲਿਆ ਸੀ ਮੇਰੇ ਮਿੱਤਰੋ ਭਗਵਾਨਪੁਰ ਵੀ ਖੇਡ ਕਲੱਬ ਦੇ ਨਾਲ ਤੇ ਆਹ ਵੀ ਜਿਹੜਾ ਮੁਕਾਬਲਾ ਕਹਿੰਦੇ ਤਕੜਾ ਖੇਡਿਆ ਗਿਆ ਔਰ ਪਿੱਛੇ ਮੈਚ ਹੋਇਆ ਔਰ ਕਹਿੰਦੇ ਜਫਰ ਵਾਲੀ ਇਹ ਮਹੱਤੇ ਦੀਆਂ ਗੱਲਾਂ ਹੋਈਆਂ ਪਰ ਇਧਰ ਕਹਿੰਦੇ ਜੀਤ ਕੋਟਲੀ ਵਾਲਾ ਰੱਖਦਾ ਧੌਣ ਤੇ ਹੱਥ ਜਿਵੇਂ ਜੱਟ ਕਹਿੰਦੇ ਮੱਕੀ ਦਾ ਝੋਟਾ ਲੱਗ ਕੇ ਝੋਟੇ ਦੀ ਪੂਜ ਤੇ ਰੱਖਦਾ ਹੈ ਮਿੰਦਰਾ ਮੇਰੇ ਵੀ ਕਬੱਡੀ ਮੇਰੇ ਵੀ ਡੋਲੇ ਵਾਲਾ ਉਧਰ ਪਾਲ ਮੈਂਬਰ ਕਹਿੰਦਾ ਵੀ 1100 ਦਿੱਤਾ ਜਾਣਾ ਖੀਰਾਂ ਵਾਲੀ ਇਹ ਧਾਰੀ ਦੇ ਦੋ ਜੱਫਿਆਂ ਤੇ ਮੈਂ ਵੀ ਜੱਗੀ ਥੋੜਾ ਤੁਰ ਫਿਰ ਕੇ ਮੇਲਾ ਵੇਖੀ ਆਪਾਂ ਹਰ ਨਰਿੰਦਰ ਡੋਲੇ ਵਾਲਾ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਖਾਈ ਪਿੰਡ ਵਾਲਾ ਦੀਪਾ ਹੈ ਮੇਰੇ ਵੀਰ ਅਗਲੀ ਕਬੱਡੀ ਪਾਉਣ ਦੇ ਲਈ ਖਾਈ ਵਾਲਾ ਦੀਪਾ ਵਧਿਆ ਹੋਇਆ ਹੁਣ ਸ਼ੈਣੀ ਹੈ ਚਮਕੌਰ ਪੀੜਲ ਹੈ ਕਾਲਾ ਹਰੀਗੜ੍ਹ ਕਿੰਗ ਤੇ ਨਾਲ ਕੋਟਲੀ ਵਾਲਾ ਜੀਤ ਹੈ ਨਾ ਚਾਰੇ ਜਾਫੀ ਜਿਹੜੇ ਇਸ ਵੇਲੇ ਖੇਡ ਮੈਦਾਨ ਵਿੱਚ ਤਿਆਰ ਨੇ ਚੌਦੇ ਵਿੱਚੋਂ ਕਿਹੜਾ ਖਿਡਾਰੀ ਕੋਸ਼ਿਸ਼ ਕਰਦਾ ਹੈ ਧਾਵੀ ਦਾ ਬੋਲਿਆ ਹੋਇਆ ਧਾਵਾ ਹੈ ਆਹ ਸਾਹਮਣੇ ਇਸ ਵੇਲੇ ਸ਼ੈਣੀ ਹੈ ਸ਼ੈਣੀ ਨਿੱਕੀ ਹੁੰਦੀ ਹੈ ਗਾਡਰ ਵੜ ਦਿੰਦੀ ਹੈ ਇਹ ਸ਼ੈਣੀ ਹਰਿਆਣੇ ਵਾਲਾ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਗਿਆ ਮੇਰੇ ਵੀਰੋ ਸ਼ੈਣੀ ਨੇ ਜੱਫਾ ਲਾ ਦਿੱਤਾ ਹੈ ਅਗਲੀ ਰੇਡ ਇਹ ਨੌਜਵਾਨ ਮਲਕੀਤ ਧਮਧਾਨਸਾ ਵਾਲਾ ਨਵੀਂ ਬੁੱਢੇ ਬਾਈ ਕਰੇਗਾ ਨੰਬਰ ਕੀ ਚੱਲਿਆ ਨੌਜਵਾਨ ਲਾਓ ਕਹਿੰਦੇ ਮਲਕੀਤ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਤਾਰੀ ਫੜ ਲਾ ਤਿਆਰੀ ਮੁੰਡਿਆ ਸਵਾਗ ਲਿਆ ਦੇ ਔਰ ਉਧਰਲੇ ਬੰਨੇ ਕਹਿੰਦੇ ਪੜਾਲ ਸੋਨੇ ਕਹਿੰਦੇ ਵੀ ਦੋਨੋਂ ਦੀਆਂ ਗੱਲਾਂ ਸੁੱਖੇ ਦੇ ਦੇਵੇ ਪੜਾਲ ਦਾ ਨਾਮ ਕਬੱਡੀ ਦੀ ਦੁਨੀਆਂ ਵਿੱਚ ਬੜੇ ਆਦਰ ਸਤਿਕਾਰ ਨਾਲ ਲਿਆ ਜਾਂਦਾ ਹੈ ਚੁੰਬਕ ਚੁੰਬਕ ਦੇ ਪਰ ਤਾਰੀ ਮੇਰੇ ਮਿੱਤਰੋ ਖੀਰਾਂ ਵਾਲੀ ਰੇਡਰਾਂ ਨਾਲ ਗਰਾਰੀ ਇਹਦੀ ਨਾਲ ਫਰਿਆਦ ਦੇ ਯਾਰੀ ਇਹਦੀ ਨਾਲ ਫਰਿਆਦ ਦੇ ਯਾਰੀ ਕਬੱਡੀ ਦੇ ਸਰਦਾਰੀ ਮੇਰੇ ਵੀ ਲਾਓ ਉਧਰਲੇ ਬੰਨੇ ਥੱਬੇ ਥੱਬੇ ਦੇ ਪੱਟ ਹੈ ਪਵਨ ਜੀ ਹੁਣ ਪਤਾ ਲੱਗਦਾ ਧਰਤੀ ਨੂੰ ਧਰਤੀ ਤੇ ਕੋਈ ਟਿਕਦਾ ਹੈ ਧਰਤੀ ਭੂਆ ਭੂਆ ਕਰਦੀ ਹੈ ਲਾਓ ਛਪਾਰ ਵਾਲਾ ਨਿੱਕਾ ਕੁਲਵੀਰ ਇਸ ਵੇਲੇ ਕਬੱਡੀ ਪਾ ਰਿਹਾ ਹੈ ਹਰੀਗੜ੍ਹ ਕਿੰਗਣ ਵਾਲਿਆ ਕਰਖਾਂ ਜਾਂਚ ਚੱਕ ਵੀ ਇਹਦੇ ਪੱਟਾਂ 'ਚ ਕੀ ਭਰਿਆ ਮੁੰਡਿਆ ਉਹ ਕਾਲਾ 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 ਹੋ ਗਈ ਲਾਲਾ ਲਾਲਾ ਕਾਲਾ ਕਾਲਾ ਹੋ ਗਈ ਲਾਲਾ ਲਾਲਾ ਹੋ ਗਈ ਲਾਲਾ ਲਾਲਾ ਕਾਲਾ ਕਾਲਾ ਹੋ ਗਈ ਲਾਲਾ ਲਾਲਾ ਅੱਜ ਦੇ ਟੂਰਨਾਮੈਂਟ ਦਾ ਹੁਣ ਤੱਕ ਦਾ ਪਵਨ ਜੀ ਸਭ ਤੋਂ ਟੌਪ ਜੱਫਾ ਤਾੜੀ ਮਾਰਦੇ ਵਸਤੂ ਉਹ ਦਰਸ਼ਕ ਵੀਰੋ ਨਿਆਰਾ ਤੇ ਲਲਕਾਰੇ ਬਾਰੇ ਕੀ ਖਿਆਲ ਹੈ ਕਹਿੰਦੇ ਸੁੱਖਣ ਵਾਲੇ ਚ ਲਲਕਾਰਾ ਵੱਜ ਰਿਹਾ ਹੈ ਆਹ ਖੋਜੇ ਵਾਲੀ ਹੈ ਇਸ ਲਈ ਮੁੰਨਾ ਕਬੱਡੀ ਪਾ ਰਿਹਾ ਮੁੰਨੇ ਦੀ ਰੇਵ ਇਹ ਹੈ ਨੌਜਵਾਨ ਖੀਰਾ ਮਾਰਦਾ ਤਾੜੀ ਐਨ ਕਰੰਟੀ ਮਾਰ ਰਿਹਾ ਮੇਰੇ ਵੀਰੋ ਸਿਰੇ ਦਾ ਜਿਹਾ ਅਗਲੀ ਰੇਡ ਚੋਲਾ ਸਾਹਿਬ ਦੀ ਧਰਤੀ ਦਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਜੋਬਨ ਤਿਆਰ ਹੈ ਆਹ ਚਾਰ ਜਾਫੀ ਵੀ ਤਿਆਰ ਹੈ ਚਾਰ ਜਾਫੀਆਂ ਵਿੱਚ ਹੁਣ ਕਿਹੜਾ ਨੌਜਵਾਨ ਕੋਸ਼ਿਸ਼ ਕਰੇਗਾ ਗੱਲ ਸਮੇਂ ਦੀ ਹੈ ਧਾਵੀ ਨੇ ਧਾਵਾ ਬੋਲ ਦਿੱਤਾ ਹੈ ਜਾਫੀਆਂ ਥੱਲ ਪਾ ਰਹੀ ਹੈ ਆਹ ਗੁਰਵਿੰਦਰ ਘੋਲੀਏ ਵਾਲਾ ਹੈ ਸ਼ੈਣੀ ਹੈ ਜੀਤ ਕੋਟਲੀ ਦਾ
ਤੇ ਨਾਲ ਉਰਲੀ ਕੰਨੀ ਤੇ ਚਮਕੌਰ ਹੈ, ਆਹ ਫੜ ਲੈ ਜੇ ਪੱਟ ਘੋਲੀਆ ਫਿਰ ਜਾਣ ਨਹੀਂ ਦਿੰਦਾ। ਪਰ ਜੋਬਨ ਕਹਿੰਦਾ ਮੈਂ ਵੀ ਸੌਖਾ ਨਹੀਂ ਰਹਿੰਦਾ, ਮੈਂ ਵੀ ਸੌਖਾ ਨਹੀਂ ਰਹਿੰਦਾ। ਆਹ ਅਗਲੀ ਰੇਡ ਪ੍ਰਵੀਨ ਜਿਹਨੂੰ ਛੋਟਾ ਪਾਲੀ ਵੀ ਕਹਿੰਦੇ ਬੂਟੇ ਵੀਰ ਲਹਿਰੀ ਰਾਜ ਦੀ ਪਾਈ ਹੋਈ ਕਬੱਡੀ ਮੇਰੇ ਮਿੱਤਰੋ ਔਰ ਫਰਿਆਦ ਗਾਓ ਮੁੰਡਿਆ ਸਵਾਦ ਲਿਆਤਾ ਨੌਜਵਾਨ ਤਕੜਾ ਜੱਫਾ ਲਾ ਕੇ। ਆਹ ਮਹੀਨੇ ਦੀ ਜਦੋਂ ਪਿਛਲੇ ਮਹੀਨੇ ਬੱਲੇ ਸ਼ੁਰੂਆਤ ਹੋਈ ਸੀਗੀ ਤਾਂ 2 ਤਰੀਕ ਨੂੰ ਭੇਟਾਂ ਵਿੱਚੋਂ ਜੀਪ ਜਿੱਤ ਕੇ ਮੁੰਡੇ ਨੇ ਬੱਲੇ ਬੱਲੇ ਕਰਵਾਈ, ਫਿਰ ਮੋਟਰਸਾਈਕਲ ਔਰ ਆਉਣ ਵਾਲਾ ਟਾਈਮ ਫਿਰ ਵਾਹਿਗੁਰੂ ਮਿਹਰ ਕਰੇ ਵੀ ਇਸੇ ਤਰ੍ਹਾਂ ਮਾਨਾ ਸਨਮਾਨ ਦੀ ਝੜੀ ਇਹਨਾਂ ਮੈਦਾਨਾਂ ਵਿੱਚੋਂ ਲੱਗ ਕੇ ਘਰੇ ਪੁੱਜੇ। ਤਾਂ ਉਧਰਲੇ ਬੰਨੇ ਹਰਖੋ ਵਾਲੀ ਆ ਕਬੱਡੀ ਪਾ ਰਿਹਾ ਨਵੀਂ ਛੇਣੀ ਫੜ ਲਾ ਤਿਆਰੀ ਮੁੰਡਿਆ ਗੱਲਾਂ ਵੱਖਰੀਆਂ ਹੋ ਕਬੱਡੀ 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 ਹਰਖੋ ਵਾਲੀ ਹਮੇਸ਼ੇ ਤਕੜਾ ਨੰਬਰ ਜੋੜਨਾ ਹੋਇਆ। ਅੱਜ ਸੁੱਖਣ ਵਾਲੇ ਮੇਲਾ ਹੈ, ਅੱਜ ਫਰੀਦਕੋਟ ਮੇਲਾ ਹੈ, ਅੱਜ ਟੀਮਾਂ ਸਿਰੇ ਦੀਆਂ ਆਈਆਂ ਹੋਈਆਂ। ਲੈ ਵੀ ਬੂਟੇ ਬਾਈ ਮੈਨੂੰ ਨਹੀਂ ਲੱਗਦਾ ਕੋਈ ਪਲੇਅਰ ਰਹਿ ਗਿਆ ਹੋ ਜਿਹੜੇ ਜਿਹੜੇ ਇੰਡੀਆ ਦੇ ਵਿੱਚ ਹੈ, ਕੋਈ ਨਿਊਜ਼ੀਲੈਂਡ ਖੇਡ ਰਿਹਾ, ਕੋਈ ਕਿੱਥੇ ਆਸਟ੍ਰੇਲੀਆ ਖੇਡ ਰਿਹਾ, ਕੋਈ ਅਮਰੀਕਾ ਪੁੱਜਿਆ ਹੋਇਆ, ਤੇ ਜਿਹੜੇ ਪੰਜਾਬ ਹੈ ਜੱਗੀ ਉਹਨਾਂ ਨੇ ਸਾਰਿਆਂ ਨੇ ਕਹਿੰਦੇ ਰਲ ਮਿਲ ਕੇ ਕਮੇਟੀ ਵਾਲਿਆਂ ਨੇ ਉਹ ਸੁੱਖਣ ਵਾਲੇ ਸੱਦ ਲਿਆ ਤੇ ਮਾਲਾ ਵਾਲਾ ਸੁੱਖਾ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ ਮੇਰੇ ਵੀਰੋ। ਮਾਲਾ ਵਾਲਾ ਬੜਾ ਸੁੱਖਾ ਕਬੱਡੀ ਪਾ ਰਿਹਾ ਜੱਗੀ ਬਾਈ ਉਹਨਾਂ ਨੇ ਸਾਰੇ ਹੀ ਸੱਦ ਲਏ ਜਿਹੜੇ ਇੰਡੀਆ ਵਿੱਚ ਰਹਿ ਗਏ ਸੀਗੇ, ਕੁੱਝ ਨਿਊਜ਼ੀਲੈਂਡ, ਕੁੱਝ ਯੂਐਸਏ ਤੇ ਕੁੱਝ ਆਸਟ੍ਰੇਲੀਆ। ਔਰ ਵੱਡੀਆਂ ਗੱਲਾਂ ਮਾਂ ਖੇਡ ਕਬੱਡੀ ਦੀਆਂ ਲਓ ਟੱਕਰ ਕਹਿੰਦੇ ਚਮਕੌਰ 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 ਸਵਾਦ ਮਾਲਾ ਵਾਲੇ ਸੁੱਖੇ ਨੂੰ ਜਫਾ ਲੱਗ ਗਿਆ ਤੇ ਸੁੱਖਣ ਵਾਲੇ ਲਲਕਾਰਾ ਵੱਜ ਗਿਆ ਮੇਰੇ ਵੀਰੋ। ਮਾਲਾ ਵਾਲੇ ਸੁੱਖੇ ਨੂੰ ਜਫਾ ਲੱਗ ਗਿਆ ਤੇ ਸੁੱਖਣ ਵਾਲੇ ਚ ਲਲਕਾਰਾ ਵੱਜ ਗਿਆ। ਆਓ ਮਲਕੀਤ ਧੰਨ ਸਾਹਿਬ ਵਾਲਾ ਕਬੱਡੀ ਪਾ ਰਿਹਾ ਹੈ ਕਹਿੰਦੇ ਪੜਾਲਾ ਵਾਲੇ ਸੋਦੀ ਦਾ ਟੱਕਰ ਮੇਰੇ ਮਿੱਤਰੋ ਪ੍ਰਾਤੀ ਬੱਲੇ 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 ਕਬੱਡੀ ਕਬੱਡੀ ਬਾਬਾ ਗੇਰ ਗੱਡੀ ਦਾ ਅੜ ਗਿਆ ਧੱਕਾ ਲਾਉਂਦੀ ਨੂੰ ਸਾ ਚੜ ਗਿਆ ਐਨ ਸਿਰੇ ਦਾ ਜਫਾ ਲੱਗ ਗਿਆ। ਅਗਲੀ ਰੇਡ ਲੈ ਵੀ ਹਰੀਗੜ ਕਿੰਗਣ ਮਾਰਿਆ ਆ ਸੁੱਕਾ ਨਾ ਜਾਵੇ ਤੁਹਾਡੇ ਭਾਈ ਨੂੰ ਕਹਿੰਦੇ ਰੱਜ ਕੇ ਖਤਮ ਕਰਦਾ ਐਨ ਸਿਰੇ ਦਾ ਜਫਾ ਲੱਗ ਗਿਆ ਭਾਰਾ ਸਰੀਰ ਪੋਟਰੀ ਵਾਲਿਆ ਹੈ ਰਾਦਾ ਭਾਪਰ ਦੀ ਭਾਜੀ ਮੋੜਾ ਤੇ ਚੱਕ ਲਾ ਹਥਿਆਰ ਕਰ ਲਾ ਨਿਸ਼ਾਨਾ ਖਾ ਲਓ 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 ਕਬੱਡੀ 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 ਭਾਰੀ ਹੈ ਸਰੀਰ ਹੈ ਕਹਿੰਦੇ ਭਿੰਦੇ ਨੇ ਭਿੰਦਰ ਨੇ ਔਰ ਮਲਕੀਤ ਅੰਗਰੇਜ਼ ਨੇ ਭਾਰੀ ਸਰੀਰ ਦੇ ਵਿੱਚ ਕਬੱਡੀਆਂ ਪਾਈਆਂ ਮੇਰੇ ਵੀਰੋ ਦੁਨੀਆਂ ਵਿੱਚ ਨਾ ਹੋਇਆ। ਆਓ ਸਾਹਮਣੇ ਫਰੰਗੀਪੁਰੀ ਹੈ ਉਰਲੀ ਕੰਨੀ ਤੇ ਤਾਰੀ ਹੈ ਨਾਲ ਫਰਿਆਦ ਹੈ ਨਾਲ ਪਟਾਲੋ ਨੇ ਵਾਲਾ ਸੋਨੀ ਹੈ ਮੇਰੇ ਵੀਰੋ। ਆਓ ਫਰੰਗੀਪੁਰੀ ਹੈ ਦੁਨੀਆਂ ਦੇ ਵਿੱਚ ਹਿਮਾਲੇ ਪਰਬਤ ਦੇ ਤੌਰ ਤੇ ਜਾਣਿਆ ਜਾਂਦਾ ਹੈ ਐਮ ਸਪੋਰਟ ਦੀ ਟੀਮ ਦੇ ਲਈ ਜੋ 10 ਤੇ 11 ਦੇ ਵਿੱਚ ਫਰੰਗੀਪੁਰੀ ਨੇ ਜੱਫੇ ਲਾਏ ਹੈ ਦੁਨੀਆਂ ਅੱਜ ਵੀ ਯਾਦ ਕਰਦੀ ਹੈ ਦੁਨੀਆਂ ਅੱਜ ਵੀ ਯਾਦ ਕਰਦੀ ਹੈ ਮੇਰੇ ਵੀਰੋ। ਆਹ ਖੋਜੇ ਵਾਲੀ ਆ ਮੁੰਨਾ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਨਾ ਹੋਇਆ ਜੋਬਨ ਦੀ ਰੇਡ ਤੇ ਬੂਟਾ ਗੱਲ ਕਰੇਗਾ ਲਓ ਕਹਿੰਦੇ ਚੋਲਾ ਸਾਹਿਬ ਦਾ ਜੋਬਨ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਜਿਹੜੇ ਜਫੇ ਅਰਸ਼ ਨੇ ਲਾਇਆ ਹੈ ਉਹ ਵੀ ਦੁਨੀਆਂ ਯਾਦ ਰੱਖੂਗੀ ਆਉਣ ਵਾਲੇ ਟਾਈਮ ਵਿੱਚ ਵੀ ਲੱਗਦੇ ਰਹਿਣਗੇ ਮੇਰੇ ਮਿੱਤਰੋ। ਔਰ ਸਾਹਮਣੇ ਕਹਿੰਦੇ ਚਹਿਲ ਸਿੰਘ ਦਾ ਪੁੱਤਰ ਕਬੱਡੀ ਪਾ ਰਿਹਾ ਚਾਰੇ ਦੇ ਚਾਰੇ ਤਿਆਰ ਹਰੀਗੜ ਕੀਗਣ ਵਾਲਾ ਪਰ ਇਧਰ ਬੰਨੇ ਛੇਣੀ ਛੇਣੀ ਗਾਡਰ ਵੱਟ ਨੂੰ ਫਿਰਦੀ ਹੈ ਛੇਣੀ 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 ਗਾਡਰ ਸੁੱਖ ਨਾਲੇ ਵਾਲਿਓ ਨਜ਼ਾਰਾ ਆਇਆ ਤੇ ਭੰਗੜਾ ਪਾ ਲਓ ਭੰਗੜਾ ਆਓ ਕਬੱਡੀ ਦਾ ਸਵਾਦ ਸੁੱਖ ਨਾਲੇ ਵਾਲਿਓ ਨਜ਼ਾਰਾ ਆਇਆ ਲੈ ਵੀ ਤਾਰੀ
ਬਰਾਬਰ ਦਾ ਕੱਢ ਕੇ ਵਿਖਾ ਦੇ ਇੱਕ ਵਾਰੀ। ਗੋਪੁਰ ਦਾ ਪ੍ਰਵੀਨ ਕਹਿੰਦੇ ਕਬੱਡੀ ਪਾ ਰਿਹਾ ਉਧਰ ਸੁਣਿਆ। ਸ਼ੰਕਰ ਵਾਲਾ ਕਹਿੰਦਾ ਵੀ 11 ਤਰੀਕ ਨੂੰ ਸ਼ੰਕਰ ਰੌਣਕਾਂ ਲੱਗਣੀ ਹੈ, ਉਸ ਲਈ ਸੱਦੇ ਆ ਮੇਰੇ ਵੀਰੋ। ਆਓ ਸਾਹਮਣੇ ਪ੍ਰਵੀਨ, ਉਹ ਸੁੱਖਣਾ ਵੀ ਉਹ ਨਜ਼ਾਰਾ ਆ ਰਿਹਾ ਮਨਾਈ ਦੋ। ਆਪ ਲਲਕਾਰੇ ਵੱਜਦੇ ਫਿਰ ਕਹਿੰਦੇ ਲੋਕੋ ਬੜਾ ਮਰਾਉਂਦਾ, ਪਰ ਕੀ ਕਰੀਏ ਲੋਕਾਂ ਨੂੰ ਵਾਲਾ ਆਉਂਦਾ, ਕੀ ਕਰੀਏ ਲੋਕਾਂ ਨੂੰ ਕੋਟਲੀ ਬੱਲੇ ਬੱਲੇ ਕੱਢਤੀ ਮੇਰੇ ਸੁਖਣ ਕਬੱਡੀ ਦਾ ਸੁਖਣ ਯਾਰੇ ਵੱਜ ਕੇ ਕਰ ਕਹਿਰ ਚੋਪੜਾ ਨੇ ਜਿਵੇਂ ਫੌਜ ਕਿਲੇ ਨੂੰ ਢਾਉਂਦੀ ਗੱਲ ਅਜੇ ਖੇਲੇ ਦੀ ਸਿੱਧੀ ਸਾਹਮਣੇ ਇਸ ਲਈ ਨੌਜਵਾਨ ਕਾਲਾ ਮੇਰੀ ਵੀਡੀਓ ਪਰ ਨੰਬਰ ਰੇਡਰ ਦਾ ਮੁੰਨੇ ਦੀ ਰੇਡ ਤੇ ਉਮਰੀ ਆਉਣੇ ਵਾਲਾ ਬੁੱਢਾ ਨਾ ਮੁੰਨੇ ਦੀ ਪਾਈ ਹੋਈ ਰੇਡ ਮੇਰੇ ਮਿੱਤਰੋ। ਐਨ ਮੈਚ ਫਸ ਗਿਆ, ਮੈਚ ਅੜ ਗਿਆ ਮਿਲਿਆ, ਜਿੱਤੂ ਕੌਣ ਕੁਝ ਕਿਹਾ ਨਹੀਂ ਜਾ ਸਕਦਾ, ਜਿੱਤੂ ਕੌਣ ਮੇਰੇ ਮਿੱਤਰੋ। ਸਰਪੰਚ ਸਾਹਿਬ ਜੀ ਜਿੱਤਣਗੇ ਕੌਣ ਇਹ ਸਮਾਂ ਦੱਸੂਗਾ, ਸਮਾਂ ਤਾਂ ਨਹੀਂ ਚੱਲੇ ਚੱਲਦਾ ਜਾ ਰਿਹਾ। ਆਓ ਚੁੰਬਕ ਚੁੰਬਕ ਇਸ ਲਈ ਖੋਜੇ ਵਾਲੀ ਆ ਤੇ ਜਿਸਮਾਨੀ ਚੁੰਬਕ ਫਰਿਆਦ ਫਰਿਆਦ ਖੋਜੇ ਵਾਲੀ ਆ ਨਹੀਂ ਤਾੜੀਆਂ ਮਾਰਦੇ ਦਰਸ਼ਕ ਵੀਰੋ। ਉਧਰਲੇ ਬੰਨੇ ਸਰਪੰਚ ਸਾਹਿਬ ਜੀ ਕਹਿੰਦੇ ਨਾ ਸਾਡੇ ਪਿੰਡ ਦਾ ਕੋਈ ਵੀ ਖਬਰੇ ਅਕੈਡਮੀਆਂ ਦੇ ਮੈਚਾਂ ਵਿੱਚ ਖੇਡੇ ਸਾਡੇ ਵੱਲੋਂ ਦੇਸੀ ਕਾਦਾ ਪੀਪਾ ਦਿੱਤਾ ਜਾਵੇਗਾ ਨਾ ਝੋਟ। ਕਹਿੰਦੇ ਕਿ ਵੱਡਾ ਦੁਨੀਆਂ ਦਾ ਮਸ਼ਹੂਰ ਹੈ, ਆ ਛੋਟਾ ਭਾਰਾ ਸਰੀਰ ਹੈ ਮੇਰੇ ਮਿੱਤਰੋ। ਚਮਕੌਰ ਵੀ ਤਿਆਰ, ਉਧਰਲੇ ਬੰਨੇ ਹਰੀਗੜ੍ਹ ਦਾ ਕਹਿੰਦੇ ਕਾਲਾ ਵੀ ਤਿਆਰ ਹੈ, ਨਾ ਉਧਰਲੇ ਬੰਨੇ ਚਮਕੌਰ ਦਾ ਟੱਕਰ ਮੇਰੇ ਮਿੱਤਰੋ। ਲਾਉਂਡਰੀ ਲੈਂਡ ਟੱਚ ਹੋਈ ਤੇ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦੇ ਹਿੱਸੇ ਜੁੜਨਾ ਹੋਇਆ ਮੈਚ ਬਰਾਬਰੀ ਤੇ ਹੈ। ਮੈਨੂੰ ਲੱਗਦਾ ਇੱਕ ਅੱਧੇ ਦਾ ਫਰਕ ਹੋਣਾ ਹੈ। ਅੱਜ ਹਰੀਗੜ੍ਹ ਕਿੰਗਣ ਵਾਲਿਆਂ ਨੇ ਵੀ ਸਵਾਦ ਲਿਆਂਦਾ ਹੋਇਆ ਹੈ ਮੇਰੇ ਵੀਰੋ। ਉਧਰ ਸਰੀ ਸੁਪਰ ਸਟਾਰ ਵਾਲਿਆਂ ਦੀ ਟੀਮ ਲੈ ਕੇ ਆਇਆ ਹੈ ਅੱਜ ਲਾਲੀ। ਆਓ ਸਾਹਮਣੇ ਪਈ ਹੋਈ ਪ੍ਰਵੀਨ ਗੋਪਰ ਵਾਲੇ ਦੀ ਕਬੱਡੀ, ਜਿੱਥੋਂ ਦਾ ਇਸ਼ਾਰਾ ਪ੍ਰਸਿੱਧ ਹੈ। ਆਓ ਖੀਰਾਂ ਵਾਲੀਆਂ ਤਾਰੀ, ਖੀਰਾਂ ਵਾਲੀਆਂ ਤਾਰੀ ਹੈ ਉਹ ਤਾਰੀ ਦਾ ਜਥਾ ਵਧੀਆ ਲੱਗਿਆ ਤੇ ਤਾੜੀਆਂ ਦਰਸ਼ਕ ਵੀਰੋ। ਆਓ ਕਹਿੰਦੇ ਤਾਰੀ ਨੇ ਟੰਗਦਾ ਜਿਵੇਂ ਨਿੰਮ ਦੇ ਕਰੇਲਾ ਟੰਗੀ ਦਾ ਸਾਹਮਣੇ ਬਾਗ ਮੁੰਡਿਆ, ਸਵਾਦ ਵੱਜਿਆ। ਅਗਲੀ ਰੇਡ ਕਹਿੰਦੇ ਜੋਬਨ ਪਾਵੇਗਾ, ਹਾਂ ਇਹ ਨੌਜਵਾਨ ਸੁਖਮਨ ਵੀ ਖੇਡਿਆ ਸੀ ਪਿਛਲੇ ਸਾਲ ਇਹਨਾਂ ਮੈਦਾਨਾਂ ਵਿੱਚ ਮੇਰੇ ਮਿੱਤਰੋ। ਉਹਦੀ ਘਾਟ ਤਾਂ ਨਹੀਂ ਪੂਰੀ ਹੋ ਸਕਦੀ, ਚਾਹੇ ਗਗੜੇ ਦੇ ਜਸ ਦੀ ਗੱਲ ਕਰੀਏ ਮੇਰੇ ਮਿੱਤਰੋ, ਚਾਹੇ ਦਿਨਾਲ ਦੇ ਬਿੱਟਰ ਦੀ ਜਲਾਲ ਦੇ ਗਗਨ ਦੀ। ਆਓ ਸਾਹਮਣੇ ਕਹਿੰਦੇ ਜੋਬਨ ਦੀ ਪਾਈ ਹੋਈ ਰੇਡ ਹੈ, ਹੜ ਗਏ ਬਾਬਲਾ ਹੜ ਗਏ। ਅੱਜ ਇਹਦੀ ਧਰਤੀ ਤੋਂ ਆਇਆ ਜਿੱਥੇ ਕਬੱਡੀ ਦੇ ਮਸੀਹਾ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਵੱਡੇ ਕੱਪ। ਔਰ ਉਧਰਲੇ ਬੰਨੇ ਮੁਕਾਬਲਾ ਚਮਕੌਰ ਚਮਕੌਰ ਮੇਰੇ ਵੀਰੋ। ਪਰ ਥੋੜਾ ਭਾਰ ਵੀ ਆਇਆ ਮੁੰਡੇ ਦੇ ਪੱਟਾਂ ਦੀ ਤਿਆਰੀ ਦੱਸਦੀ ਹੈ ਵੀ ਜਾ ਨਹੀਂ ਬਾਲੀ ਹੈ।
ਬਾਬਾ ਮਿਹਰ ਕਰੇ ਥੋੜੀ ਚੋਟ ਆਈ ਸਕਦੀ ਹੈ। ਮਾਰਨ ਡੰਡ ਤੇ ਚੱਕਣ ਵੇਟ ਵਜੇ ਨਾ ਕਿਸੇ ਦੇ ਸੱਟ ਫੇਟ ਦੌੜਿਆਂ ਤੇ ਪੁਆੜ ਟੈਟੂ ਚਿੱਟੇ ਸ਼ੇਰ ਮਾਲਕਾ ਫੇਰ ਕਬੱਡੀ ਉੱਤੇ ਰੱਖੀ ਤੂੰ ਮੇਰ ਮਾਲਕਾ। ਬਾਬਾ ਨਰਿੰਦਰ ਡਾਰੇ ਵਾਲਾ ਇਸ ਵੇਲੇ ਕਹਿੰਦੇ ਕਬੱਡੀ ਪਾਉਣ ਦੇ ਲਈ ਹਰੀਗੜ੍ਹ ਕੇਂਦਰ ਦੀ ਟੀਮ ਨੂੰ ਵਾਧਾ ਹੋਇਆ। ਚਾਰ ਜਾਫੀਆਂ ਵਿੱਚੋਂ ਫਿਰ ਫਰਿਆਦ ਹੈ, ਦੁਨੀਆਂ ਦਾ ਟੋਪਰ ਹੈ ਐਨ ਦੁਨੀਆਂ ਦਾ ਸੇਰੇ ਦਾ ਜਾਫੀ ਹੈ। ਇਹ ਫਰਿਆਦ ਲਈ ਮੁੰਡਾ ਗੁਜਰਾਂ ਦਾ ਦੁਆਲ ਵਾਲੇ ਪਿੱਟੂ ਦੇ ਜਥਿਆਂ ਦੀ ਘਾਟ ਤੇ ਨਹੀਂ ਪੁੱਟ ਹੋ ਸਕਦੀ, ਪਰ ਇਸ ਨੌਜਵਾਨ ਦੀ ਖੇਡ ਦੇਖ ਕੇ ਪਿੱਟੂ ਦੀ ਖੇਡ ਧਿਆਨ ਜ਼ਰੂਰ ਕਰਕੇ ਮੇਰੇ ਵੀਰੋ ਆਓ 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 ਫਰਿਆਦ ਆਓ ਫਰਿਆਦ ਆਓ ਫਰਿਆਦ ਆਓ ਫਰਿਆਦ ਉਹ ਸੁੱਖ ਨਾਲੇ ਆ ਰਹੇ ਆਇਆ ਸਵਾਦ। ਕਹਿੰਦੇ ਜੱਫੇ ਲਾਉਂਦਾ ਫਰਿਆਦ ਤੇ ਸੁੱਖਣ ਵਾਲੇ ਤੇ ਲੋਕਾਂ ਨੂੰ ਆਉਂਦਾ ਸਵਾਦ। ਆਓ ਸਾਹਮਣੇ ਅਗਲੀ ਰੇਡ ਨੌਜਵਾਨ ਮਾਲਾ ਵਾਲੇ ਦੀ ਬੋਟੇ ਬਾਈ ਔਰ ਮਾਲਾ ਵਾਲੇ ਸੁੱਖੇ ਦੀ ਕਬੱਡੀ ਅਗਲੇ ਬੰਨੇ ਪੱਤਰਕਾਰ ਭਰਾਵਾਂ ਦਾ ਜਿਹੜਾ ਸਨਮਾਨ ਹੋਵੇਗਾ। ਦੀਪਿੰਦਰ ਸਿੰਘ ਜੀ ਸੇਖੋ ਸਾਡੇ ਦਲੇਰ ਦੌੜ ਤੇ ਨਾਲ ਅਮਰਜੀਤ ਸਿੰਘ ਜੀ ਐਸਐਚਓ ਸਾਹਿਬ ਵੱਡਾ ਮਾਣ ਹੈ ਮੇਰੇ ਮਿੱਤਰੋ, ਸਾਰੇ ਭਰਾਵਾਂ ਦਾ ਧੰਨਵਾਦ। ਨਿੰਦਰ ਕੋਟਲੀ ਗੋਰਾ ਸੰਧੋ ਤੇ ਪ੍ਰਭ ਬਿਰਖੋ ਸੁੱਖ ਨਾਲੇ ਵਾਲੇ ਫੋਰ ਨੀ ਦੱਸਿਆ ਕਿ ਉਹਦੀ ਰੇਸ ਨੂੰ ਖੋਲੀ ਕਿ ਨਹੀਂ ਖੋਲੀ, ਨਾਲ ਪਿਛਲੇ ਸਾਲ ਫੋਰ ਬੜੇ ਫਰਾਟੇ ਮਾਰਦਾ ਗੁਰਵਿੰਦਰ ਆਲਖ ਤੇ ਗੁਲਜ਼ਾਰ ਮਦੀਨਾ ਤੇ ਗੁਰਤੇਜ ਮਚਾਕੀ ਕਰਮ ਸੰਧੂ ਫੋਰੀ ਨਾ ਖੋਜੇ ਵਾਲੀ ਇਹ ਮੁੰਡੇ ਦੀ ਪਾਈ ਫੋਰ ਰੇਡ ਮੇਰੇ ਮਿੱਤਰੋ। ਔਰ ਕਿਸ ਜਾਫੀ ਨੂੰ ਹੱਥ ਲੱਗੇਗਾ ਫਰੰਦੀ ਪਰੀਆ ਗੋਪੀ ਮੇਰੇ ਮਿੱਤਰੋ ਕੋਸ਼ਿਸ਼ ਕਰਦਾ ਹੈ ਤੇ ਪੁਆਇੰਟ ਜਿਹੜਾ ਧਾਵੀ ਦੇ ਚਾਹ ਕਿਸ ਨੂੰ ਜੁੜਿਆ ਇਹਨਾਂ ਵੀਰਾਂ ਦਾ ਕਹਿੰਦੇ ਮਾਨ ਸਨਮਾਨ ਸਾਡੀ ਪ੍ਰਬੰਧ ਕਮੇਟੀ ਵੱਲੋਂ ਕੀਤਾ ਜਾਵੇਗਾ। ਮੈਂ ਸਾਰੇ ਪੱਤਰਕਾਰ ਭਰਾਵਾਂ ਦਾ ਦਿਲ ਦੀਆਂ ਗਰਾਈਆਂ ਤੇ ਧੰਨਵਾਦ ਕਰਦਾ। ਨਾ ਕਬੱਡੀ ਕਹਿੰਦੇ ਨੌਜਵਾਨ ਨਿੱਕਾ ਨਾਟ ਝੋਟ ਪਾਉਣ ਦੇ ਲਈ ਵਧਾਇਆ ਕੋਟਲੀ ਵੱਲ ਨੇ ਪਿਛਲੇ ਮੈਚ ਵਿੱਚ ਕਹਿੰਦੇ ਕੰਡੇ ਕੱਢ ਜੱਫੇ ਲਾ ਕੇ ਬੱਲੇ ਬੱਲੇ ਕਰਵਾਈ ਉਤਲੇ ਬੰਨੇ ਹਰੀਗੜ੍ਹ ਕੀ ਵਾਹੇ ਕਾਲਿਆ ਹਰੀਗੜ੍ਹ ਕਿੰਗਰ ਵਾਲਿਆ ਐਵੇਂ ਨੀ ਯੂਰਪ ਵਾਲਿਆਂ ਨੇ ਚੋਣ ਕੀਤੀ ਮੁੰਡੇ ਦੀ ਉਹ ਕਾਲਾ ਜੱਫੇ ਵੀ ਲੱਗ ਗਿਆ ਮੁੰਡਾ ਸੁਪਨੇ ਦੀ ਵੀ ਆਊਗਾ ਇਹ ਪੱਕੀ ਗੱਲ ਹੈ। ਅੱਜ ਤਾਰ ਸਿਆ ਹਰੀਗੜ੍ਹ ਕਿੰਗਣ ਵਾਲੇ ਨੇ ਸੁਪਨੇ ਜਾਣਾ ਕਈਆਂ ਰੇਡਰਾਂ ਦੇ ਖੋਜੇ ਵਾਲੀ ਹੈ ਮੁੰਡੇ ਦੀ ਪਾਈ ਫਿਰ ਰੇਡ ਪਰ ਤਾਰੀ ਵੀ ਕਿਸੇ ਕੋਲੋਂ ਘੱਟ ਨਹੀਂ ਮੇਰੇ ਮਿੱਤਰੋ। ਖਾਣ ਪ੍ਰਮਾਣ ਦੇ ਗੱਭਰੂ ਭਿੜ ਦੇ ਵਿੱਚ ਆਓ ਸਾਹਮਣੇ ਭੱਜ ਦੀਆਂ ਧੌਲਾਂ ਧੱਕੇ ਖੋਜੇ ਵਾਲੀ ਆ ਵਾਹ ਓਏ ਗੱਭਰੂ ਹੈ ਖੋਜੇ ਵਾਲ ਪਿੰਡ ਦਰਸ਼ਕ ਵੀਰ ਹਰਜੀਤ ਬਰਾੜ ਦੇ ਸਹੁਰਿਆਂ ਦਾ ਪਿੰਡ ਹੈ ਖੋਜੇ ਵਾਲ ਪਿੰਡ ਹਰਜੀਤ ਬਰਾੜ ਬਾਜੇ ਕਰਨੇ ਵਾਲੇ ਦੇ ਸਹੁਰਿਆਂ ਦਾ ਪਿੰਡ ਹੈ ਉੱਥੋਂ ਦਾ ਇਹ ਮੁੰਡਾ ਇਹ ਨੌਜਵਾਨ ਬੰਨਾ ਖੋਜੇ ਵਾਲੀ ਹੈ ਤਕੜਾ ਨੰਬਰ ਜੋੜਦਾ ਹੈ। ਅਗਲੇ ਮੈਚ ਦੀਆਂ ਟੀਮਾਂ ਸਤਲੀ ਬੂਟੇ ਬਾਜੀ ਇੱਥੇ ਇੱਧਰ ਰੌਲੇ ਰੱਪ ਚ ਟੀਮਾਂ ਨਾ ਦੇ ਦੋ ਯਾਰ ਅਗਲੇ ਮੈਚ ਦੀਆਂ ਟੀਮਾਂ ਸ਼ਹੀਦ ਬਾਬਾ ਦੀਪ ਸਿੰਘ ਦੀ ਕਬੱਡੀ ਕਲੱਬ ਤੋਤਾ ਸਿੰਘ ਵਾਲੇ ਦੀ ਜੀਤ ਕੋਟਲੀ ਦਾ ਜੀਤ ਕੋਟਲੀ ਦਾ ਕਹਿਰ ਵਿੱਚ ਮੈਦਾਨਾ ਜੀਤ ਕੋਟਲੀ ਦਾ ਕਹਿਰ ਵਿੱਚ ਮੈਦਾਨਾ ਦਰਸ਼ਕ ਵੀਰ ਇੱਕ ਗੱਲ ਦੱਸਿਓ ਦਿਲੋਂ ਦਿਲੋਂ ਜੇ ਤਾਂ ਜੀਤ ਕੋਟਲੀ ਵਾਲਾ ਵਾਕਈ ਕਹਿਰ ਕਰਦਾ ਤੇ ਫਿਰ ਤਾੜੀਆਂ ਤੇ ਲਲਕਾਰਾ ਖੁੱਲ ਕੇ ਮਾਰ ਦੋ ਉਹ ਜੀਤ ਕੋਟਲੀ ਵਾਲਾ ਕਹਿਰ ਕਰਦਾ ਮੇਰੇ ਵੀਰੋ। ਅਗਲੇ ਮੈਚ ਦੀਆਂ ਟੀਮਾਂ ਵੀ ਜਿਹੜੀਆਂ ਤਿਆਰ ਬਾਰ ਤਿਆਰ ਹੋ ਕੇ ਖੇਡ ਮੈਦਾਨ ਦੇ ਵਿੱਚ ਆ ਜਾਣਗੀਆਂ ਐਨ ਕੁੰਡੀਆਂ ਦੇ ਸਿੰਘ ਸਾਨਾ ਵਾਲਾ ਭੇੜ ਲਾਲੀ ਦਾ ਦਿਲ ਵੀ ਧੱਕ ਧੱਕ ਕਰਦਾ
ਪੁੱਛਦਾ ਪੁਆਇੰਟਾਂ ਵਾਲੇ ਭਾਬੇ ਨੂੰ ਵੀ ਕਿੱਥੇ ਕੁ ਗੱਲ ਖੜੀ ਹੈ, ਇਹ ਤਾਂ 365 ਵਾਲੇ ਦੱਸੀ ਜਾਂਦੇ ਆ ਪੂਰੀ ਦੁਨੀਆਂ ਦੇ ਵਿੱਚ ਵੀ ਇੱਥੇ ਤੱਕ ਗੱਲ ਪੁੱਜ ਗਈ ਤੇ ਇੱਥੇ ਜਾ ਕੇ ਜਗਦੇਵ ਸਿੰਘ ਮਾਲਾ ਵਾਲੇ ਸੁੱਖੇ ਦੀ ਰੇਣ ਹੈ ਮੇਰੇ ਵੀਰੋ, ਮਾਲਾ ਵਾਲੇ ਸੁੱਖੇ ਦੀ ਰੇਣ ਹੈ। ਸੁੱਖਣ ਵਾਲੇ ਦੇ ਵਿੱਚ ਕਹਿੰਦੇ ਸੁੱਖਾਂ ਸੁੱਖ ਤੇ ਸੁੱਖ ਸੁੱਖ ਦੇਣਾ ਹੈ, ਅੱਜ ਦਾ ਦਿਨ ਸੁੱਖਾਂ ਸੁੱਖ ਸੁੱਖ ਆਇਆ ਤੇ ਸਾਹਮਣੇ ਸੁੱਖੇ ਨੇ ਰੇ ਧੰਨ ਕਰਤੀ ਉਹ ਮੁੰਡੇ ਨੇ ਸਿਰਾ ਲਾਤਾ ਉਹ ਸੁੱਖਣ ਵਾਲੀ ਆਇਆ ਨਿਆਰਾ ਆਹ ਸੁੱਖਣ ਵਾਲੀ ਆਇਆ ਨਿਆਰਾ ਮੈਚ ਕਹਿੰਦੇ ਸਿਰੇ ਦਾ ਖੇਡਿਆ ਜਾ ਰਿਹਾ ਮੇਰੇ ਮਿੱਤਰੋ। ਪਤਾ ਨੀ ਹਰਿਆਣੇ ਵਾਲੇ ਨੇ ਰਾਇਲ ਕਿੰਗ ਤੋੜ ਦੇਣੀ ਹੈ, ਪਤਾ ਨੀ ਰਾਇਲ ਕਿੰਗ ਵਾਲੇ ਨੇ ਹਰਿਆਣਾ ਤੋੜ ਦੇਣਾ ਹੈ। ਇਹਦਾ ਜੱਗੀ ਬਾਬੇ ਦੀ ਕਾਪੀ ਦੱਸੂਗੀ, ਇਹਦਾ ਜੱਗੀ ਬਾਬੇ ਦੀ ਕਾਪੀ ਦੱਸੂਗੀ। ਇਹਦਾ ਤਸੱਲੀ ਹੋ ਗਈ ਹੈ ਮੇਰੇ ਵੀਰੋ, ਤਸੱਲੀ ਹੋ ਗਈ ਹੈ। ਇਹਨੂੰ ਕਹਿੰਦੇ ਵੀ ਦੁੱਖ ਤੋੜਨ ਵਾਲਾ ਮੈਚ ਹੈ, ਇਹਨੂੰ ਕਹਿੰਦੇ ਵੀ ਇਹਨੂੰ ਮੁੱਲ ਮੋੜਨ ਵਾਲਾ ਮੈਚ ਹੈ, ਇਹਨੂੰ ਕਹਿੰਦੇ ਵੀ ਸਤਨਾਮ ਡੱਬੇ ਰਮਾਣੇ ਵਾਲਿਆ ਇਹਨੂੰ ਸਿਰਾ ਲੱਗਿਆ ਪਿਆ। ਸਤਨਾਮ ਵੀ ਆ ਗਿਆ, ਸਾਡੀ ਕਬੱਡੀ ਦਾ ਵੱਡਾ ਸਟਾਰ ਹੈ। ਆਓ ਸਾਹਮਣੇ ਇਸ ਵੇਲੇ ਪਈ ਹਰੇਡ ਨਾਟ ਜੋੜਦੀ ਮੇਰੇ ਵੀਰੇ, ਹੁਣ ਸਤਨਾਮ ਵਾਂਗੂ ਛਾਲ ਮਾਰ ਪਾਊ ਕਿ ਨਹੀਂ ਮੇਰੇ ਵੀਰੇ, ਤਿਆਰੀ ਪੱਟਾਂ ਦੀ ਚਾਹੀਦੀ ਹੈ। ਆਓ ਸਾਹਮਣੇ ਚਮਕੌਰ ਪੀਰਲਵਾਲਾ ਤੇ ਨੰਬਰ ਇਸ ਵੇਲੇ ਨੌਜਵਾਨ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਅਗਲੀ ਰੇਡ ਮਲਕੀਤ ਧਮਧਾਨ ਸਾਹਿਬ ਵਾਲਾ ਹੈ, ਇੱਕ ਮਲਕੀਤ ਅੰਗਰੇਜ਼ ਖੇਡਿਆ ਰੈਚਾ ਵਾਲਾ ਤਕੜੀ ਕਬੱਡੀ ਮਿੱਤਰੋ। ਆਓ ਖੀਰਾਂ ਵਾਲੀਆਂ ਧਾਰੀ ਮੁਰਲੀ ਕੰਨੀ ਤੇ ਫਰਿਆਦ ਹੈ, ਚਾਰ ਜਾਫੀ ਤਿਆਰ ਨੇ ਸੁਨਿਆਰੇ ਵਰਗੇ। ਆਓ ਸਾਹਮਣੇ ਇਸ ਵੇਲੇ ਤਲਵੰਡੀ ਚੌਵੀਆਂ ਵਾਲਾ ਸੁਨਿਆਰਾ, ਹੁਣ ਆਓ ਦਰਸ਼ਕਾਂ ਨੂੰ ਨਜ਼ਾਰਾ ਮਿੱਤਰੋ। ਆਓ ਮਲਕੀਤ ਧਮਧਾਨ ਸਾਹਿਬ ਦਾ ਹਰੀਗੜ੍ਹ ਕਿੰਗਣ ਦੀ ਟੀਮ ਲਈ ਨੰਬਰ ਜੋੜਦਾ ਹੈ। ਅਗਲੀ ਰੇਡ ਪਾਉਣ ਦੇ ਲਈ ਵੇਖਦਾ ਕਿ ਫੜ ਮਾਰਨੀ ਤੇ ਪਿੱਠ ਪਿੱਛੇ ਕੱਢਣੀ ਹੁੰਦੀ ਆ ਸੌਖੀ ਕਾਰ ਮਿੱਤਰੋ, ਪਤਾ ਲੱਗਦਾ ਉਹ ਜਦੋਂ ਹੱਥ ਜੁੜਦੇ ਦੇ ਨਾਲ ਮਿੱਤਰੋ। ਠੀਕ ਹੈ ਟਰਾਫੀ ਵਾਲਿਆ, ਕਈ ਗੱਡੀਆਂ ਕਾਊਂਟਰ ਤੇ ਲੱਗ ਗਈਆਂ ਪਵਨ ਜੀ, ਕਈ ਗੱਡੀਆਂ ਕਾਊਂਟਰ ਤੇ ਲੱਗ ਗਈਆਂ। ਏਡਾ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ, ਕਿੰਨਾ ਨੇ ਲੋਕ ਵਾਲੇ ਹੈਂਡ ਬਰੇਕਾਂ ਖਿੱਚਦੀਆਂ, ਗੱਡੀਆਂ ਕਾਊਂਟਰਾਂ ਤੇ ਲੱਗ ਗਈਆਂ ਵੀ ਟਾਈਮ ਬੜਾ ਹੋ ਗਿਆ, ਹੁਣ ਅਰੇ ਮੈਚ ਵਿੱਚ ਕਿਹਨੇ ਖੜਨਗੇ। ਔਰ ਸਾਹਮਣੇ ਮੇਰੇ ਮਿੱਤਰੋ ਇਹ ਡਬਲ ਟਾਈਮ ਚੱਕਣਾ ਪੈਂਦਾ ਬੱਸਾਂ ਵਾਲਾ। ਦਰਸ਼ਕ ਦੇ ਗਿਆ ਤੇਰੇ ਲਈ ਕਰਨ ਲਈ, ਕਹਿੰਦਾ ਵੀ ਨਾਂ ਦੀ ਲੋੜ ਨਹੀਂ, ਮੁੰਡਿਆਂ ਨੇ ਸਿਰਾ ਲਾਤਾ 500 ਦੇ ਨੇ ਕਾਲੇ ਨੂੰ। ਸੁਰਖਪੁਰੀਆ ਕਹਿੰਦੇ ਆਪਣੇ ਸਿਖਾਂਦਰਾਂ ਨੂੰ ਨਹੀਂ ਫਿਰ ਵੇਖ ਲਾ ਕੰਮ ਕੀ ਤੋਂ ਕੀ ਬਣ ਗਿਆ, ਬੋਲਿਆ ਵੇਖ ਲੈ ਇੱਕ ਵੱਡੀ ਹੈ, ਲੋਕ ਨਜ਼ਾਰਾ ਲੈਂਦੇ ਆ, ਫਰਿਆਦ ਤਿਆਰ ਤਿਆਰੀ ਤਿਆਰ ਇੱਧਰ ਬੰਨੇ ਗੁਰਦੀਪੁਰੀਆ ਮਾਤਾ ਮੁੰਡਾ ਹਰਿਆਣੇ ਨੂੰ ਤੁਰੀ ਜਾਂਦੀ ਦੀਦੀ ਹੈ ਉਹ ਮੋੜ ਲੋ, ਰਾਇਲ ਕਿੰਗ ਵਾਲੇ ਜੇ ਮੋੜ ਸਕਦੇ ਹੋ ਖੋਲੋ ਜੇ ਖੋ ਸਕਦੇ ਹੋ। ਨਾ ਸਾਹਮਣੇ ਇਸ ਵੇਲੇ ਕਬੱਡੀ ਪਾ ਦਿੱਤੀ ਹੈ ਮੇਰੇ ਵੀਰੋ, ਆਹ ਨਾਟ ਝੋਟਨੇ ਰੇਡ ਪਾਈ ਆ ਜੀਤ ਕੋਟਲੀ ਵਾਲਾ, ਕੱਪਾ ਜਿਹਾ ਝਾਕਦਾ ਕੱਪਾ ਜਿਹਾ ਝਾਕਦਾ ਮੇਰੇ ਵੀਰੇ। ਆਹ ਸਾਹਮਣੇ ਪਈ ਹੋਈ ਰੇਡ ਸਵਾਲ ਵਧਿਆ ਹੋਇਆ, ਹੁਣ ਸ਼ੇਰੀ ਤਿਆਰ ਹੈ ਚਮਕੌਰ ਪੀੜਲ, ਮੈਂ ਪਹਿਲਾਂ ਆਖਿਆ ਵੀ ਕੱਪਾ ਜਿਹਾ ਝਾਕਦਾ। ਆਓ ਸਾਹਮਣੇ ਗੀਤ
ਤੇ ਨਾੜ ਚੋੜਾ ਵਾਹਿਗੁਰੂ ਆਓ ਵਾਹਿਗੁਰੂ ਹੈ ਵਾਹਿਗੁਰੂ ਹੈ ਐਨ ਸਵਾਦ ਵਧੀਆ ਪਿਆ ਐਨ ਕਹਿੰਦੇ ਸਵਾਦ ਵਧੀਆ ਪਿਆ ਆਵੇ ਨੌਜਵਾਨਾਂ ਖੇਡ ਮੈਦਾਨ ਚ ਨਰਿੰਦਰ ਮੇਰੇ ਮਿੱਤਰੋ ਬੋਰੇ ਦੀ ਧਰਤੀ ਹੈ ਪ੍ਰਵੀਨ ਦਾ ਵੱਡਾ ਨਾਮ ਇਤਲੇ ਬੰਨੇ ਰਵੀ ਬੋਰੇ ਵਰਗੇ ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀਆਂ ਦੀ ਗੱਲ ਹੈ ਮੈਂ ਪੈਂਦੀ ਫਿਰ ਰੇਡ ਹੌਲੀ ਹੌਲੀ ਬਾਬੇ ਦੀ ਕਾਪੀ ਸਾਢੇ ਤੀਹ ਤਾਰੀ ਹੈ ਇਹਨੂੰ ਤਾਰੀ ਕਹਿੰਦੇ ਹੈ ਰਾਇਲ ਕਿੰਗਾਂ ਨੇ ਇੱਕ ਮੈਚ 16 ਜੱਫੇ ਵੀ ਲਾ ਦਿੰਦੇ ਹੈ ਕਈ ਵਾਰੀ 17 ਵੀ ਲਾ ਦਿੰਦੇ ਹੈ ਪਰ ਵੇਖਣਾ ਵੀ ਅੱਜ ਸਥਿਤੀ ਕਿਹੋ ਜਿਹੀ ਹੈ ਮੇਰੇ ਵੀਰੇ ਕਿ ਹਾਲੇ ਤਾਂ ਤੀਰ ਕਮਾਨ ਵਿੱਚ ਕੁਝ ਵੀ ਹੋ ਸਕਦਾ ਹੈ ਹਾਲੇ ਤਾਂ ਯਾਰ ਮੈਦਾਨ ਵਿੱਚ ਹੋ ਸਕਦਾ ਆਪ ਦੇਖ ਲਓ ਜੇ ਹੋ ਸਕਦਾ ਕੁਝ ਵੀ ਹੋ ਸਕਦਾ ਉਹ ਪਾ ਲਓ ਭੰਗੜਾ ਉਹ ਪਾ ਲਓ ਭੰਗੜਾ ਉਹ ਪਾ ਲਓ ਭੰਗੜਾ ਆ ਦੇਣ ਰੋਣਾ ਕੁਝ ਨਹੀਂ ਆਉਣਾ ਪਰ ਸੁਖ ਨਾਲਿਓ ਹਰਿਆਣੇ ਵਾਲੇ ਪੰਜ ਕੀਤਿਆ ਬਰਾਬਰ ਦਾ ਹੀ ਗੱਲ ਹੁੰਦੇ ਅਗਲੇ ਹਾਂ ਕੇਕੀ ਪੌਣ ਸ਼ਰੀਕ ਤੱਕ ਤੀ ਪੌਣੀ ਪੈਂਦੀ ਏ ਆਓ ਸਾਹਮਣੇ ਸੁਨਿਆਰਾ ਤਲਵੰਡੀ ਚੌਧਰੀਆਂ ਵਾਲਾ ਐਨ ਬਹਿਜਾ ਬਹਿਜਾ ਕਰਾ ਗਿਆ ਉਹ ਸੁੱਖ ਨਾਲਿਓ ਜੇ ਤਾਂ ਆ ਮੈਚ ਨੇ ਸਿਰਾ ਕਰਤਾ ਤੇ ਇੱਕ ਲਲਕਾਰਾ ਜਿਹੜਾ ਫਰੀਦਕੋਟ ਸੋਨਾ ਚਾਹੀਦਾ ਸ਼੍ਰੇਣੀ ਕਬੀਲਦਾਰੀ ਨੂੰ ਹੱਥ ਨਹੀਂ ਪਾਉਣਾ ਮੁੰਡਾ ਸਾਹਮਣੇ ਅਗਲੀ ਰੇਡ ਕਹਿੰਦੇ ਪ੍ਰਵੀਨ ਪੇਪਰ ਵਾਲਾ ਖੜੇ ਬਹਿ ਜਾਓ ਜਿਹੜੇ ਖੜੇ ਬਹਿ ਜਾਓ ਦੁਨੀਆਂ ਨੂੰ ਮੈਚ ਵੇਖਣ ਦੋ ਆਹ ਮੈਚ ਨਿੱਤ ਨਿੱਤ ਨਹੀਂ ਲੱਗਣਾ ਆਹ ਸਮਾਂ ਨਿੱਤ ਨਿੱਤ ਨਹੀਂ ਆਉਣਾ ਆਹ ਸਾਹਮਣੇ ਇਸ ਲਈ ਚੁੰਬਕ 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 ਦੇ ਪ੍ਰਵੀਨ ਆਹ ਮੁੰਡੇ ਪ੍ਰਵੀਨ ਨੇ ਵੀ ਸਿਰਾ ਲਾਤਾ ਭਾਈ ਥੋੜਾ ਗਰਾਉਂਡ ਉੱਤਰ ਫਿਰ ਕੇ ਮੇਰੀ ਬੇਨਤੀ ਹੈ ਐਨ ਕਹਿੰਦੇ ਸਿਰੇ ਦਾ ਮੈਚ ਉਹ ਜਿਹੜੇ ਜਿਹੜੇ ਕਹਿੰਦੇ ਹਰਿਆਣਾ ਜਿੱਤ ਜੂ ਦੱਸੋਗਾ ਤਾੜੀ ਮਾਰ ਕੇ ਰੋਲਾ ਜਿਹਾ ਪਾ ਕੇ ਦੁਨੀਆਂ ਤੇ ਚਾਹੁੰਦੀ ਹੈ ਦੁਨੀਆਂ ਤੇ ਚਾਹੁੰਦੀ ਹੈ ਕੀ ਚਾਹੁੰਦੀ ਹੈ ਵਧੀਆ ਕਬੱਡੀ ਦੇਖਣਾ ਚਾਹੁੰਦੀ ਹੈ ਦੇਖਣਾ ਚਾਹੁੰਦੀ ਹੈ ਜਿਹੜੇ ਜਿਹੜੇ ਕਹਿੰਦੇ ਰਾਇਲ ਕਿੰਗ ਵਾਲੇ ਵੀ ਧੱਕੇ ਦੇ ਦੇਣਗੇ ਕਿਤਾੜੀ ਇਹਨਾਂ ਲਈ ਵੀ ਮਾਰੋ ਮੇਰੇ ਮਿੱਤਰੋ ਲਾ ਮਾਲਾ ਵਾਲਾ ਸ਼੍ਰੇਣੀ ਮਾਲਾ ਵਾਲਾ ਤੇ ਸ਼੍ਰੇਣੀ ਵਾਹੇ ਸ਼੍ਰੇਣੀ ਮਾਲਾ ਵਾਲਾ ਸੁੱਖਾ ਮੱਗਰ ਸਿੰਘ ਦਾ ਨੰਬਰ ਜੋੜ ਗਿਆ ਮੇਰੇ ਵੀਰੇ ਮੱਗਰ ਸਿੰਘ ਸਾਡੇ ਪੱਤਰਕਾਰ ਉਹ ਵੀ ਚੰਗੇ ਤੌਰ ਤੇ ਪੁੱਜੇ ਬਾਬਾ ਧੰਨਵਾਦ ਹੈ ਐਨ ਕਹਿੰਦੇ ਮੈਚ ਬੀਬੀ ਸਾਹਿਬ ਅੰਤਿਮ ਪਲਾਂ ਦੇ ਵੱਲ ਹੈ ਤੇ ਖੇਡਿਆ ਕਿਤੇ ਸਿਰੇ ਦਾ ਜਾ ਰਿਹਾ ਹੈ ਹਰਿੰਦੀਪੁਰੀਆ ਵੀ ਤਿਆਰ ਫਰਿਆਦ ਵੀ ਤਿਆਰ ਤਿਆਰ ਤੇ ਕਹਿੰਦੇ ਸੁਨਿਆਰਾ ਨਾਲ ਕਹਿੰਦੇ ਤਾਰੀ ਖੀਰਾ ਵਾਲੀ ਹੈ ਰਿਕਾਰਡ ਤੋੜ ਜੱਫੇ ਲੱਗ ਰਹੇ ਹੈ ਲਾਓ ਸਾਹਮਣੇ ਇਸ ਲਈ ਨਰਿੰਦਰ ਡੋਲੇ ਵਾਲਾ ਨੌਜਵਾਨ ਤਕੜਾ ਨੰਬਰ ਜੋੜਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਕਿਹੜਾ ਖਿਡਾਰੀ ਵਾਧਾ ਮੇਰੇ ਵੀਰੋ ਜੋਵਨ ਵੱਧ ਰਿਹਾ ਜੋਵਨ ਵੱਧ ਰਿਹਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਹੁਣ ਖਿਡਾਰੀ ਕੋਲ ਪੈਸੇ ਖਰੀਦਣ ਛੋਲੇ ਤੇ ਬਦਾਮ ਚਾਹੀਦੇ ਖੇਡ ਮੇਲੇ ਤੇ ਜਿੱਤ ਆਸ਼ਕੀ ਚ ਕਦੇ ਨੀ ਇਨਾਮ ਉਡਾਈ ਦੇ ਲੋਪੋ ਵਾਲੇ ਦੀਆਂ ਖਰੀਆਂ ਤੇ ਕੌੜੀਆਂ ਕਿਸੇ ਨੂੰ ਵੀ ਹਜਮ ਆਉਂਦੀਆਂ ਦੌਲਤਾਂ ਸ਼ੋਹਰਤਾਂ ਬੰਦੇ ਕੋਲ ਟਿਕਣ ਲਈ ਨਰਮੀ ਸਹਿਣਸ਼ੀਲਤਾ ਤੇ ਦਿਮਾਗ ਚਾਹੁੰਦੀ ਹੈ ਦੌਲਤਾਂ ਸ਼ੋਹਰਤਾਂ ਬੰਦੇ ਕੋਲ ਟਿਕਣ ਲਈ ਨਰਮੀ ਸਹਿਣਸ਼ੀਲਤਾ ਤੇ ਦਿਮਾਗ ਚਾਹੁੰਦੀ ਹੈ ਆ ਜੋਵਨ ਦੀ ਰੇਡ ਕੋਟਲੀ ਵਾਲਾ ਆ ਕੋਟਲੀ ਵਾਲਾ ਇਹਨੂੰ ਜੀਤ ਕਹਿੰਦੇ ਆ ਇਹਨੂੰ ਜੀਤ ਕਹਿੰਦੇ ਆ ਇਹਨੂੰ ਜੀਤ ਕਹਿੰਦੇ ਆ ਮੇਰੇ ਵੀਰੋ ਵਾਹਿਗੁਰੂ ਹੈ ਐਨ ਸਿਰਕਾ ਨੰਬਰ ਜੋੜ ਗਿਆ ਮੇਰੇ ਵੀਰੋ ਐਨ ਨੌਜਵਾਨ ਧੱਕਰ ਜਿਹਾ ਜਾਫੀ ਹੈ ਐਨ ਅਗਲੀ ਰੇਡ ਪਾਉਣ ਦੇ ਲਈ ਪ੍ਰਵੀਨ ਵਾਧਾ ਹੋਇਆ ਹੋਪਰ ਵਾਲੇ ਨੇ ਵੀ ਸਿਰਾ ਲਾਇਆ ਪਿਆ ਉਧਰ ਵੇਖਣਾ ਵੀ ਤਾਰੀ ਫਰਿਆ
ਇਸ ਲਈ ਤਿਆਰ ਨੇ ਬੋਟਿਆ ਬਾਈ ਕਰ ਗੱਲ ਆਓ ਸਾਹਮਣੇ ਕਹਿੰਦੇ ਤਾਰੀ ਤੇ ਪ੍ਰਵੀਨ ਬੋਪਰ ਟੱਕਰ ਦੋ ਖਿਡਾਰੀਆਂ ਦੇ ਵਿਚਕਾਰ ਹੋਈ ਪਈ ਮੇਰੇ ਮਿੱਤਰੋ ਆਓ ਪੁਆਇੰਟ ਓ ਵਾਹੇ ਨੌਜਵਾਨ ਵਾਹੇ ਨੌਜਵਾਨ ਆਇਆ ਨਜ਼ਾਰਾ ਲੋਕਾਂ ਦਾ ਨਜ਼ਾਰਾ ਮੈਨੂੰ ਰੌਲਾ ਦੱਸਦਾ ਵੀ ਰਾਇਲ ਕਿੰਗ ਤੋਰਤੀ ਲੱਗਦਾ ਦੋਸਤੋ ਮੈਚ ਤੁਸੀਂ ਦੇਖ ਹੀ ਲਿਆ ਇਸ ਮੈਚ ਦੇ ਵਿੱਚੋਂ ਸਰੀ ਸੁਪਰਸਟਾਰ ਦੇ ਰਹੇ ਨੇ 25 ਪੁਆਇੰਟ ਔਰ ਹਰੀਗੜ੍ਹ ਕਿੰਗਣ ਜਿਹੜੀ ਹੈ ਉਹ 30.5 ਪੁਆਇੰਟ ਲੈ ਗਈ ਹਰੀਗੜ੍ਹ ਕਿੰਗਣ ਦੀ ਟੀਮ ਨੇ ਬੜਾ ਵਧੀਆ ਪ੍ਰਦਰਸ਼ਨ ਕਰਕੇ ਇਸ ਮੈਚ ਨੂੰ ਜਿੱਤ ਲਿਆ ਮੇਰੇ ਖਿਆਲ 'ਚ ਬਹੁਤ ਸਾਰੇ ਦਰਸ਼ਕਾਂ ਨੇ ਸੋਚਿਆ ਨਹੀਂ ਹੋਣਾ ਕਿ ਹਰੀਗੜ੍ਹ ਕਿੰਗਣ ਦੀ ਜਿਹੜੀ ਟੀਮ ਹੈ ਉਹ ਇਸ ਮੈਚ ਨੂੰ ਜਿੱਤੂਗੀ ਪਰ ਵਧੀਆ ਪ੍ਰਦਰਸ਼ਨ ਰਿਹਾ ਦੋਸਤੋ ਹੁਣ ਆਪਾਂ ਉਹ ਕੁਛ ਕਮੈਂਟ ਜਿਹੜੇ ਲੈਣੇ ਨੇ ਜਿਹੜੇ ਪਿਛਲੀ ਵੀਡੀਓ 'ਚ ਮਤਲਬ ਗਾਲਬ ਦਾ ਜਿਹੜਾ ਆਪਾਂ ਮੈਚ ਪਾਇਆ ਸੀ ਉਸ ਤੋਂ ਪਹਿਲਾਂ ਵਾਲਾ ਉਹਦੇ ਵਿੱਚ ਤੁਸੀਂ ਕੀਤੇ ਨੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਹੈ ਕਿ ਹੁਣ ਸਮਾਂ ਜਿਹੜਾ ਉਸ ਕਾਫੀ ਸਟ੍ਰੈਸ ਦਾ ਚੱਲ ਰਿਹਾ ਪੂਰੇ ਇੰਡੀਆ ਦੇ ਵਿੱਚ ਲੋਕਡਾਊਨ ਹੈ ਈਵਨ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਲੋਕਡਾਊਨ ਚੱਲ ਰਿਹਾ ਸਟ੍ਰੈਸ ਦਾ ਸਮਾਂ ਪਰ ਤੁਹਾਨੂੰ ਰਿਕੁਐਸਟ ਹੈ ਕਿ ਤੁਸੀਂ ਸਾਰੇ ਜਾਣੇ ਅੱਜ ਵਾਲੀ ਇਸ ਵੀਡੀਓ ਦੇ ਥੱਲੇ ਕਮੈਂਟ ਕਰੋ ਕੁਛ ਇਹੋ ਜਿਹੀ ਗੱਲਬਾਤ ਜਿਹੜੀ ਫਨੀ ਹੋਵੇ ਕੋਈ ਇਹੋ ਜਿਹੀ ਗੱਲਬਾਤ ਜਿਹਦੇ 'ਤੇ ਕੁਛ ਖੁਸ਼ੀਆਂ ਮਿਲਣ ਕੁਛ ਇਹੋ ਜਿਹੀ ਗੱਲਬਾਤ ਜਿਹਦੇ 'ਤੇ ਹਾਸਾ ਆਵੇ ਤਾਂ ਕਿ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੀ ਉਹ ਕਮੈਂਟ ਜਿਹੜੇ ਹੈਗੇ ਆ ਜਿਹੜੇ ਵਧੀਆ ਵਧੀਆ ਹੋਣਗੇ ਉਹ ਅਗਲੀ ਵੀਡੀਓ ਦੇ ਵਿੱਚ ਸ਼ਾਮਿਲ ਕਰਾਂਗੇ ਪਰ ਅੱਜ ਦਾ ਜਿਹੜਾ ਪਹਿਲਾ ਕਮੈਂਟ ਆ ਇਸ ਵੀਡੀਓ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਤੁਸੀਂ ਕੀਤਾ ਸੀ ਉਹ ਮੈਂ ਲੈਣ ਲੱਗਿਆ ਉਹ ਹੈਗਾ ਜੀ ਅਨਮੋਲ ਉੱਪਲ ਜੀ ਦਾ ਸੁਲਤਾਨ ਦਾ ਆਨੰਦਪੁਰ ਸਾਹਿਬ ਦਾ ਪਿਛਲੇ ਸਾਲ ਵਾਲਾ USA ਅਤੇ ਸ਼ਾਹਕੋਟ ਦਾ ਫਾਈਨਲ ਮੈਚ ਜ਼ਰੂਰ ਪਾਓ ਜੀ ਔਰ ਇਹਦੇ ਥੱਲੇ ਹੀ ਅਜੇ ਪਾਲ ਜੀ ਨੇ ਕਮੈਂਟ ਕਰਤਾ ਕਿ ਵੀਰ ਉਹ ਵਾਲਾ ਮੈਚ ਬੈਸਟ ਮੈਚਾਂ ਦੀ ਲਿਸਟ ਵਿੱਚ ਪਹਿਲਾਂ ਹੀ ਹੈਗਾ ਅਤੇ ਤੁਸੀਂ ਦੇਖ ਸਕਦੇ ਹੋ ਬੜਾ ਵਧੀਆ ਲੱਗਦਾ ਦੋਸਤੋ ਜਦੋਂ ਤੁਸੀਂ ਇਸ ਤਰ੍ਹਾਂ ਕਮੈਂਟ ਦੇ ਥੱਲੇ ਕਮੈਂਟ ਕਰਕੇ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਹੋ ਨਾ ਇਹ ਇਸ ਤਰ੍ਹਾਂ ਫੀਲ ਹੁੰਦਾ ਜਿਵੇਂ ਇੱਕ ਪਰਿਵਾਰ ਦੀ ਤਰ੍ਹਾਂ ਆਪਾਂ ਬੈਠੇ ਹੋਈਏ ਅਤੇ ਇਸ ਤਰ੍ਹਾਂ ਕਬੱਡੀ ਨੂੰ ਲੈ ਕੇ ਗੱਲਾਂ ਬਾਤਾਂ ਕਰਦੇ ਹੋਈਏ ਬੜਾ ਵਧੀਆ ਲੱਗਦਾ ਬਹੁਤ ਬਹੁਤ ਸ਼ੁਕਰੀਆ ਅਨਮੋਲ ਉੱਪਲ ਜੀ ਅਤੇ ਅਜੇ ਪਾਲ ਜੀ ਤੁਹਾਡਾ ਵੀ ਜਿਹੜਾ ਤੁਸੀਂ ਅਨਮੋਲ ਜੀ ਦੀ ਗੱਲ ਦਾ ਜਵਾਬ ਜਿਹੜਾ ਦਿੱਤਾ ਬਹੁਤ ਬਹੁਤ ਸ਼ੁਕਰੀਆ ਅਗਲਾ ਕਮੈਂਟ ਜਿਹੜਾ ਹੈਗਾ ਉਹ ਆਪਾਂ ਲੈ ਲਈਏ ਉਹ ਕੀਤਾ ਜੀ ਰਣਵੀਰ ਸਿੰਘ ਜੀ ਨੇ ਉਹ ਕਹਿੰਦੇ ਪ੍ਰਦੀਪ ਭਾਅ ਜੀ ਤੁਸੀਂ ਵੀ ਬੋਡੀ ਬਣਾਓ ਮੈਨੂੰ ਲੱਗਦਾ ਰਣਵੀਰ ਵੀਰ ਤੁਸੀਂ ਕਬੱਡੀ ਖਿਡਾਰੀਆਂ ਵਾਂਗੂ ਬੋਡੀ ਬਣਾਉਣ ਦੀ ਗੱਲ ਕਰ ਰਹੇ ਹੋਵੋਗੇ ਪਰ ਜੇ ਮੈਂ ਬੋਡੀ ਬਣਾ ਲਈ ਤਾਂ ਫਿਰ ਪਾਲੇ ਹੋਣਾ ਦਾ ਕੀ ਬਣੂ ਖੁਸ਼ੀ ਹੋਣਾ ਦਾ ਕੀ ਬਣੂ ਲੁੱਧਰ ਹੋਣੇ ਕਿੱਧਰ ਜਾਣਗੇ ਸੋ ਵੱਡੇ ਖਿਡਾਰੀ ਨੇ ਜਿਹੜੇ ਉਹਨਾਂ ਦਾ ਕੀ ਬਣੂ ਇਸ ਕਰਕੇ ਮੈਂ ਬੋਡੀ ਨਹੀਂ ਬਣਾਉਂਦਾ ਇਹ ਗੱਲ ਵੱਖਰੀ ਹੈ ਵੀ ਬਣਦੀ ਹੋਈ ਨਹੀਂ ਔਰ ਅਗਲਾ ਕਮੈਂਟ ਜਿਹੜਾ ਹੈਗਾ ਉਹ ਹੈਗਾ ਜੀ ਗੁਰਪ੍ਰੀਤ ਸਿੰਘ ਜੀ ਦਾ ਉਹ ਕਹਿੰਦੇ ਨੇ 10ਵਾਂ ਨੰਬਰ ਜਿਹੜਾ ਲੁੱਧਰ ਵੀਰ ਦਾ ਸੀ ਪਰ ਰੈਫਰੀ ਨੇ ਗਲਤ ਨੰਬਰ ਦੇ ਦਿੱਤਾ ਹੈ ਸਹੀ ਵਿੱਚੋਂ ਡਬਲ ਟੱਚ ਸੀ ਅਤੇ ਇਸ ਕਰਕੇ ਬੇਨਤੀ ਕਰਦੇ ਹਾਂ ਕਿ ਰੈਫਰੀ ਨੰਬਰ ਸਹੀ 'ਤੇ ਧਿਆਨ ਨਾਲ ਦੇਣ ਧੰਨਵਾਦ ਗੁਰਪ੍ਰੀਤ ਜੀ ਤੁਸੀਂ ਜਿਸ ਤਰੀਕੇ ਦੇ ਨਾਲ ਇਹ ਕਮੈਂਟ ਲਿਖਿਆ ਉਹ ਮੈਨੂੰ ਬੜਾ ਵਧੀਆ ਲੱਗਿਆ ਉਹ ਇਸ ਕਰਕੇ ਕਿ ਤੁਸੀਂ ਪੂਰੀ ਗੱਲ ਲਿਖਣ ਤੋਂ ਬਾਅਦ ਪਿੱਛੇ ਧੰਨਵਾਦ ਵੀ ਲਿਖਿਆ ਆਮ ਤੌਰ 'ਤੇ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਦੇਖਣ ਨੂੰ ਮਿਲਦੀ ਹੈ ਕਿ ਆਪਾਂ ਬੜੇ ਗਲਤ ਤਰੀਕੇ ਦੇ ਨਾਲ ਗੱਲ ਕਰਦੇ ਹਾਂ ਉਹ ਭਾਵੇਂ ਰੈਫਰੀ ਹੋਣ ਜਾਂ ਕੋਈ ਖਿਡਾਰੀ ਹੋਵੇ ਕੁਛ ਅਪਸ਼ਬਦ ਵੀ ਵਰਤਣ 'ਚ ਕਦੇ ਮੈਨੂੰ ਲੱਗਦਾ ਨਹੀਂ ਕਿਸੇ ਨੇ ਕੋਈ ਇਸ ਚੀਜ਼ 'ਤੇ ਖਿਆਲ ਰੱਖਿਆ ਹੋਵੇ ਅਤੇ ਤੁਸੀਂ ਬੜੇ ਵਧੀਆ ਤਰੀਕੇ ਨਾਲ ਆਪਣੀ ਗੱਲ ਵੀ ਰੱਖ ਦਿੱਤੀ ਹੈਗੀ ਹੈ ਅਤੇ ਪਿੱਛੇ ਧੰਨਵਾਦ ਕਰਨ ਦੇ ਨਾਲ ਤਾਂ ਤੁਹਾਡੀ ਗੱਲ ਬੜੀ ਸੋਹਣੀ ਬਣ ਗਈ ਹੈ ਅਤੇ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਔਰ ਅਗਲਾ ਕਮੈਂਟ ਜਿਹੜਾ ਹੈਗਾ ਉਹ ਆਪਾਂ ਪੜ੍ਹ ਲਈਏ ਉਹ ਹੈਗਾ ਜੀ ਰਾਸ਼ਿਦ ਜੀ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਪ੍ਰਦੀਪ ਵੀਰ ਅਤੇ ਕਬੱਡੀ 365 ਟੀਮ ਦਾ ਧੰਨਵਾਦ ਲਵ ਫਰੋਮ ਪਾਕਿਸਤਾਨ ਬਹੁਤ ਬਹੁਤ ਸ਼ੁਕਰੀਆ ਰਾਸ਼ਿਦ ਜੀ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਅਤੇ ਕਬੱਡੀ ਨੂੰ ਦੇਖਦੇ ਹੋ ਕਿਉਂਕਿ ਬਹੁਤ ਸਾਰੇ ਦੋਸਤੋ ਦਰਸ਼ਕ ਜਿਹੜੇ ਹੈਗੇ ਆ ਉਹ ਪਾਕਿਸਤਾਨ ਤੋਂ ਵੀ ਆਪਣੀ ਇਸ ਸਰਕਲ ਸਟਾਈਲ ਕਬੱਡੀ ਨੂੰ ਦੇਖਦੇ ਰਹਿੰਦੇ ਨੇ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਪਾਕਿਸਤਾਨ ਤੋਂ ਕਬੱਡੀ ਦੇਖ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਅਗਲਾ ਕਮੈਂਟ ਜਿਹੜਾ ਹੈਗਾ ਉਹ ਹੈਗਾ ਜੀ ਉਸਤਾਦ ਲੋਕ ਦਾ ਪਹਿਲਾਂ ਤਾਂ ਬਾਈ ਜੀ ਤੁਹਾਡਾ ਨਾਂ ਹੀ ਬੜਾ 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 ਮਤਲਬ ਵਧੀਆ ਹੈਗਾ ਬਾਈ ਜੀ ID ਤਾਂ ਅਨਬਲੌਕ ਕਰ ਦਿਓ ਮੇਰੀ ਰਿਕੁਐਸਟ ਹੈ ਜੀ 2 ਸਾਲ ਹੋ ਗਏ ਹੁਣ ਤਾਂ ਬਲੌਕ ਕਰੀ ਨੂੰ ਉਸਤਾਦ ਲੋਗੋ ਤੁਹਾਡੀ ID ਨੂੰ ਅਨਬਲੌਕ ਕਰ ਦਿੱਤਾ ਗਿਆ ਇਕੱਲੀ ਤੁਹਾਡੀ ID ਨੂੰ ਜਿੰਨੇ ਵੀ ਹੁਣ ਤੱਕ ਜਿਹੜੇ ਦਰਸ਼ਕਾਂ ਨੇ ਗਲਤ ਸ਼ਬਦ ਵਰਤੇ ਸੀਗੇ ਉਹਨਾਂ ਨੂੰ
ਅਨਬਲੌਕ ਇੱਕ ਵਾਰੀ ਕਰ ਦਿੱਤਾ ਗਿਆ। ਪਰ ਅੱਗੇ ਤੋਂ ਖਿਆਲ ਰੱਖਿਓ ਕਿ ਇਸ ਤਰ੍ਹਾਂ ਦੀ ਸ਼ਬਦਾਵਲੀ ਕਦੇ ਵੀ ਨਾ ਵਰਤਿਓ ਜਿਹਦੇ ਨਾਲ ਦੁਬਾਰਾ ਤੋਂ ਤੁਹਾਨੂੰ ਬਲੌਕ ਕਰਨਾ ਪਵੇ। ਠੀਕ ਹੈ ਉਸਤਾਦ ਲੋਕੋ, ਅਤੇ ਅਗਲੀ ਕਮੈਂਟ ਨੂੰ ਆਪਾਂ ਲੈ ਲਈਏ, ਅਗਲੇ ਕਮੈਂਟ ਨੂੰ ਆਪਾਂ ਲੈ ਲਈਏ। ਉਹ ਹੈਗਾ ਜੀ ਲੋਟੇ ਫੋਟੋਗ੍ਰਾਫੀ ਦਾ। ਉਹ ਕਹਿੰਦੇ ਨੇ ਪ੍ਰਦੀਪ ਵੀਰ ਤੁਸੀਂ, ਕਾਫੀ ਲੰਬਾ ਕਮੈਂਟ ਹੈ ਪਰ ਇਸ ਕਮੈਂਟ ਦੇ ਵਿੱਚ ਮੈਂ ਤੁਹਾਨੂੰ ਮੇਨ ਗੱਲ ਦੱਸਦੇ ਹਾਂ। ਉਹ ਕਹਿੰਦੇ ਆ ਕਿ ਕੁਛ ਸ਼ਰਾਰਤੀ ਅੰਸਰਾਂ ਨੇ ਮਾਂ ਖੇਡ ਕੋਡ ਨੂੰ ਬਹੁਤ ਬਦਨਾਮ ਕੀਤਾ ਹੋਇਆ। ਇਹ ਕਹਿੰਦੇ ਆ ਕਿ ਬਦਨਾਮ ਨਾ ਕਰੋ। ਬਾਕੀ ਤੁਹਾਡੀ ਗੱਲ ਬਹੁਤ ਵਧੀਆ, ਅਤੇ ਬਾਬਾ ਮਿਹਰ ਰੱਖੇ, ਮਿਹਰ ਭਰਾ ਹੱਥ ਰੱਖੇ ਮਾਂ ਖੇਡ ਕਬੱਡੀ ਦੇ ਉੱਤੇ। ਕਬੱਡੀ 365 ਦਾ ਵੀ ਸ਼ੁਕਰੀਆ ਅਦਾ ਕੀਤਾ ਇਹਨਾਂ ਨੇ। ਬਹੁਤ ਬਹੁਤ ਧੰਨਵਾਦ ਵੀਰ ਜੀ। ਤੁਸੀਂ ਮੇਰੇ ਖਿਆਲ 'ਚ ਕੋਈ ਫੋਟੋਗ੍ਰਾਫੀ ਕਰਦੇ ਹੋਵੋਗੇ, ਮੈਨੂੰ ਵੀ ਬੜਾ ਜਿਹੜਾ ਸ਼ੌਂਕ ਹੈ ਫੋਟੋਗ੍ਰਾਫੀ ਦਾ। ਮੇਰੇ ਖਿਆਲ 'ਚ ਤੁਸੀਂ ਇੱਕ ਫੋਟੋਗ੍ਰਾਫਰ ਹੋ, ਅਤੇ ਬੜੀ ਵਧੀਆ ਗੱਲ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਮਾਂ ਖੇਡ ਕਬੱਡੀ ਦੇ ਨਾਲ ਵੀ ਆਪਣੇ ਕੰਮ ਦੇ ਵਿੱਚੋਂ ਟਾਈਮ ਕੱਢ ਲੈਂਦੇ ਹੋ। ਬਹੁਤ ਬਹੁਤ ਸ਼ੁਕਰੀਆ। ਔਰ ਅਗਲਾ ਕਮੈਂਟ ਜਿਹੜਾ ਹੈਗਾ ਉਹ ਪ੍ਰਦੀਪ ਸਿੰਘ ਜੀ ਦਾ। ਉਹ ਕਹਿੰਦੇ ਮੇਰਾ ਕਮੈਂਟ ਆ ਗਿਆ। ਅੱਛਾ, ਪਿਛਲੀ ਵਾਰ ਇਹਨਾਂ ਦਾ ਕਮੈਂਟ ਨਾ ਆਪਾਂ ਸ਼ਾਮਿਲ ਕੀਤਾ ਸੀਗਾ ਵੀਡੀਓ ਦੇ ਵਿੱਚ, ਅਤੇ ਉਹ ਬੜੇ ਖੁਸ਼ ਹੋਏ ਨੇ ਇਸ ਗੱਲ ਤੋਂ, ਅਤੇ ਉਹ ਕਹਿੰਦੇ ਵੀ ਅੱਜ ਤੱਕ ਕਿਸੇ ਨੇ ਮੈਨੂੰ ਪੁੱਛਿਆ ਹੀ ਨਹੀਂ ਸੀ। ਪਰ ਦੇਖੋ ਵੀਰੇ, ਪੁੱਛਿਆ ਕਿਉਂ ਨਹੀਂ ਸੀ, ਤੁਹਾਡਾ ਤਾਂ ਕਮੈਂਟ ਦੂਜੀ ਵਾਰ ਵੀ ਆ ਗਿਆ। ਮੇਰੇ ਖਿਆਲ ਦੇ ਵਿੱਚ ਹੁਣ ਤਾਂ ਤੁਸੀਂ ਹੋਰ ਵੀ ਖੁਸ਼ ਹੋ ਗਏ ਹੋਵੋਗੇ ਕਿ ਅੱਜ ਵੀ ਤੁਹਾਡਾ ਕਮੈਂਟ ਜਿਹੜਾ ਪ੍ਰਦੀਪ ਜੀ ਉਹ ਆਪਾਂ ਲੈ ਲਿਆ ਹੈਗਾ। ਔਰ ਬਹੁਤ ਬਹੁਤ ਸ਼ੁਕਰੀਆ ਕਮੈਂਟ ਕਰਨ ਦੇ ਲਈ। ਅਗਲਾ ਕਮੈਂਟ ਜਿਹੜਾ ਲਿਆ ਹੋਇਆ ਜੀ ਮਨਮੀਤ ਸਿੰਘ ਜੀ ਦਾ, ਉਹ ਕਹਿੰਦੇ ਨੇ ਪ੍ਰਦੀਪ ਵੀਰ ਲੋਕਡਾਊਨ ਕਰਕੇ ਦਾੜੀ ਨੂੰ ਕਲਰ ਨਹੀਂ ਕਰਵਾਇਆ, ਤੁਸੀਂ ਬੜੇ ਵੱਡੇ ਲੱਗਦੇ ਹੋ। ਬਾਕੀ ਗੁੱਡ ਜੋਬ ਬ੍ਰਦਰ ਫੋਰ ਇੰਟਰਟੇਨਮੈਂਟ ਵਾਸਤੇ, ਥੈਂਕ ਯੂ ਸੋ ਮੱਚ। ਮਨਮੀਤ ਜੀ, ਗੱਲ ਤੁਸੀਂ ਉਹ ਫੜ ਗਏ ਹੋ ਜਿਹੜੀ ਅਸਲ ਵਾਲੀ ਹੈਗੀ ਕਿ ਲੋਕਡਾਊਨ ਕਰਕੇ ਵਾਕਈ ਦਾੜੀ ਨੂੰ ਕਲਰ ਨਹੀਂ ਕਰਵਾਇਆ ਗਿਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਇਸ ਤਰ੍ਹਾਂ ਦੇ ਕਮੈਂਟ ਕਰਦੇ ਰਹੋ, ਔਰ ਆਉਣ ਵਾਲੀ ਵੀਡੀਓ ਦੇ ਵਿੱਚ ਜਿਹੜੇ ਤੁਹਾਡੇ ਕਮੈਂਟ ਹੋਣੇ ਚਾਹੀਦੇ ਨੇ, ਉਹ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਜਿਹਨਾਂ ਦੇ ਵਿੱਚ ਕੁਛ ਹਾਸਾ ਹੋਵੇ। ਲੋਕਡਾਊਨ ਕਰਕੇ ਆਪਾਂ ਸਾਰੇ ਸਟ੍ਰੈਸ ਦੇ ਵਿੱਚ ਹੈਗੇ ਹਾਂ, ਕਰੋਨਾ ਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਮੈਂਟਲੀ ਪ੍ਰੈਸ਼ਰ ਵੀ ਆਪਣੇ 'ਤੇ ਹੈਗਾ, ਉਹਨੂੰ ਦੂਰ ਕਰਨ ਵਾਸਤੇ ਆਪਾਂ ਸਾਰੇ ਰਲ ਮਿਲ ਕੇ ਹੱਸੀਏ ਖੇਡੀਏ, ਕੋਸ਼ਿਸ਼ ਕਰੀਏ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨ ਦੀ ਜਿਹਦੇ ਨਾਲ ਮਨ ਜਿਹੜਾ ਉਹ ਕਿਸੇ ਪਾਸੇ ਲੱਗ ਜਾਵੇ। ਮਾਂ ਖੇਡ ਕਬੱਡੀ ਨੂੰ ਦੇਖੀਏ, ਕਬੱਡੀ ਦੇ ਮੈਚ ਵੇਖੀਏ। ਤੁਹਾਨੂੰ ਰਿਕੁਐਸਟ ਹੈ ਕਿ ਇਹ ਵਾਲੀ ਵੀਡੀਓ ਦੇ ਥੱਲੇ ਆਪਣੇ ਉਹ ਐਕਸਪੀਰੀਅੰਸ ਸ਼ੇਅਰ ਕਰਿਓ ਜਿਹੜੇ ਕੁਛ ਫਨੀ ਹੋਣ, ਜਿਨ੍ਹਾਂ ਤੋਂ ਦੇਖ ਕੇ ਕੁਛ ਖੁਸ਼ੀ ਮਿਲੇ। ਫਿਰ ਆਪਾਂ ਉਹ ਤੁਹਾਡੇ ਕਮੈਂਟ ਜਿਹੜੇ ਹੈਗੇ ਆ ਅਗਲੀ ਵੀਡੀਓ ਦੇ ਵਿੱਚ ਸ਼ਾਮਿਲ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਫਿਰ ਤੋਂ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਭੇਜ ਦਿਓ, ਔਰ ਜੇਕਰ ਸਾਡੇ ਯੂਟਿਊਬ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਾ ਤਾਂ ਲਾਲ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਤੁਸੀਂ ਵੀਡੀਓ ਤਾਂ ਦੇਖਦੇ ਹੋ ਪਰ ਸਬਸਕ੍ਰਾਈਬ ਕਈ ਵਾਰੀ ਨਹੀਂ ਕੀਤਾ ਹੁੰਦਾ, ਇਸ ਕਰਕੇ ਕਈ ਵੀਡੀਓ ਮਿਸ ਵੀ ਹੋ ਜਾਂਦੀਆਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।